ਤਮਿੰਦਰਸ ਕਨਵਰਸੇਸ਼ਨ ਗੁਰਪਿੰਦਰ ਹਾਂਡਾ ਜੀ ਬਹੁਤ ਇਗਮੀ ਵੇਢ ਸੀ ਸਸਰੀਕਾਲ ਸਸਰੀਕਾਲ ਜੀ ਤੁਪਿੰਦਰ ਹਾਂਡਾ ਦਾ ਕਿਤੇ ਜ਼ਿਕਰ ਆਰਟਿਸਟ ਵੱਲੋਂ ਨਹੀਂ ਮੈਂ ਕਦੇ ਹੁੰਦਾ ਦੇਖਿਆ ਮੇਰੀ ਕਿਸੇ ਨਾਲ ਪਰਸਨਲ ਰਿਲੇਸ਼ਨਸ ਹੀ ਨਹੀਂ ਹੈ ਮੇਰੀ ਕਿਸੇ ਨਾਲ ਹੈਲੋ ਹਾਈ ਹੀ ਨਹੀਂ ਹੈ ਸਸਰੀਕਾਲ ਸਸਰੀਕਾਲ ਆ WhatsApp ਤੇ ਮੈਂ ਤਾਂ ਖੋਲ ਕੇ ਤੜਾ ਪੁੱਛਿਆ ਹਾਂ ਹਾਂ ਤਾਂ ਅਗਰ ਮੇਰੀ ਨਹੀਂ ਹੈ ਤਾਂ ਉਹਨਾਂ ਦੀ ਵੀ ਤਾਂ ਨਹੀਂ ਹੈ ਹੁਣ ਅਗਰ ਮੈਂ ਨਹੀਂ ਜਾਂਦੀ ਕਿਤੇ ਵੀ ਪ੍ਰੋਮੋਸ਼ਨਸ ਤੇ ਮੈਂ ਕਿਤੇ ਕਿਸੇ ਦੇ ਬਰਥਡੇ ਪਾਰਟੀ ਤੇ ਨਹੀਂ ਜਾਂਦੀ ਆ ਮੈਂ ਕਿਸੇ ਪ੍ਰੀਮੀਅਰ ਤੇ ਨਹੀਂ ਤੁਸੀਂ ਮੈਨੂੰ ਦੇਖਿਆ ਹੋਣਾ ਮੇਰਾ ਜਿਹਨਾਂ ਨਾਲ ਬਹੁਤ ਜ਼ਿਆਦਾ ਹੀ ক্লোਜ਼ ਰਿਲੇਸ਼ਨ ਹੈਗਾ ਜਾਂ ਮੇਰਾ ਜਿਹਨਾਂ ਨਾਲ ਪੁਰਾਣਾ ਪਿਆਰ ਹੈਗਾ ਮੈਂ ਉਹਨਾਂ ਦੇ ਲਈ ਜ਼ਰੂਰ ਖੜਦੀ ਆ ਜਿਹੜੇ ਪੁਰਾਣੇ ਦੋਸਤ ਨੇ ਜਾਂ ਕੁਝ ਖਬਰ ਕੇ ਅੱਖਾਂ ਨਾਲ ਕਰਨਾ ਇਸ ਹਵਾਲੇ ਤੇ ਤੁਸੀਂ ਕਦੀ ਦੇਖਿਆ ਆਪਣੇ ਆਲੇ ਦੁਆਲੇ ਜਾਂ ਕਿਤੇ ਸੁਣਿਆ ਹੋਵੇ ਕੋਈ ਜਿਵੇਂ ኢగోਇਸਟਿਕ ਲੋਕਾਂ ਜਾਂ ਦਿਖਦੇ ਕੋ ਛੋਰਾ ਹੈ ਕੁਛ ਹੋ ਰਾ ਤੁਸੀਂ ਸ਼ੈਤਾਨੀ ਵੀ ਚਲਣਾ ਚਾਹੁੰਦੇ ਜਾਂ ਤੁਸੀਂ ਚਾਹਤ I do not personal ਮੈਂ ਦੱਸ ਰਹੀ ਹਾਂ ਨਾ ਮੈਂ ਜਜਮੈਂਟਲ ਨਹੀਂ ਹਾਂ ਲੋਕ ਭਾਵੇਂ ਹੋ ਸਕਦੇ ਨੇ ਮੈਨੂੰ ਲੈ ਕੇ ਮੈਂ ਆਮ ਟਾਕਿੰਗ ਅਬਾਊਟ ਨਾ ਇੰਡਸਟਰੀ ਪੀਪਲ ਉਹ ਹੋ ਸਕਦੇ ਨੇ ਮੈਨੂੰ ਲੈ ਕੇ ਜਜਮੈਂਟਲ ਬਟ ਮੈਂ ਕਦੇ ਵੀ ਕਿਸੇ ਨੂੰ ਲੈ ਕੇ ਜਜਮੈਂਟਲ ਨਹੀਂ ਹੋਈਆਂ ਦੀ ਪ੍ਰੋਬਲਮ ਔਰ ਅੱਛੀ ਗੱਲ ਇਹ ਹੈ ਕਈਆਂ ਨੂੰ ਪ੍ਰੋਬਲਮ ਲੱਗਦੀ ਹੈ ਬਟ ਮੈਨੂੰ ਮੇਰਾ ਪਲੱਸ ਪੁਆਇੰਟ ਲੱਗਦਾ ਹੈ ਕਿ ਜੋ ਇਨਸਾਨ ਦੁਨੀਆ ਤੇ ਆਇਆ ਔਰ ਉਹ ਗਲਤ ਹੁੰਦੇ ਦੇਖਦਾ ਰਹੇ ਤਾਂ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ ਇੱਕ ਟਾਈਮ ਮੈਂ ਦੰਦਾ ਆਇਆ ਸੀ ਕਿ ਮੈਂ ਸਿੰਗਿੰਗ ਨਹੀਂ ਕਰਨਾ ਚਾਹੁੰਦੀ ਸੀ ਐਂਡ ਮੈਂ ਮਨ ਬਣਾ ਲਿਆ ਸੀ ਮੈਂ ਸਿੰਗਿੰਗ ਨਹੀਂ ਕਰਨੀ ਮੈਂ ਇੰਜੋਏ ਨਹੀਂ ਕਰ ਰਹੀ ਸੀ ਇਸ ਚੀਜ਼ ਨੂੰ 뮤직 ਨੂੰ ਆਈ ਵਾਸ ਡੂਇੰਗ ਵਰਲਡ ਟੂਰਸ ਤੇ ਉਸ ਦੌਰਾਨ ਹੀ ਮੈਨੂੰ ਐਦਾਂ ਹੋਇਆ ਕਿ ਯਾਰ ਮੈਂ ਕਰਨਾ ਨਹੀਂਗਾ ਆਈ ਡੋਨਟ ਆਮ ਨਾਟ ਇੰਜੋਇੰਗ ਥਿਸ ਜਿਹੜੇ ਤੁਹਾਡੇ ਦੋਸਤ ਹੈ ਨਾ ਪੁਰਾਣੇ ਹੁੰਦੇ ਆ ਮੇਬੀ ਸ਼ਾਇਦ ਉਹ ਸਕਰੀਨ ਤੇ ਆਏ ਆ ਸਾਨੂੰ ਤਾਂ ਲੱਗਦਾ ਵੀ ਤੁਹਾਡੇ ਪੁਰਾਣੇ ਦੋਸਤ ਅੱਜ ਵੀ ਹੋਣਗੇ ਬੇਸ਼ੱਕ ਕੋ ਤੁਸੀਂ ਜਿਵੇਂ ਕਿਹਾ ਪਬਲੀਕਲੀ ਨਹੀਂ ਹੈਗੇ ਹੂੰ ਕੁਝ ਲੋਕ ਤਾਂ ਮਿਨਿਸਟਰਸ ਬਣ ਗਏ ਸ਼ੁਰੂ ਤੋਂ ਹੀ ਮੇਰੇ ਮੇਰਾ ਫਰੈਂਡ ਸਰਕਲ ਜ਼ੀਰੋ ਹੈ ਮਤਲਬ 0 0 ਫਰੈਂਡ ਸਰਕਲ ਦੇ ਨਾਮ ਤੇ ਫਰੈਂਡਸ ਹੈ ਹੀ ਨਹੀਂ ਮੇਰੀ ਲਾਈਫ ਦੇ ਵਿੱਚ ਆਈ ਥਿੰਕ ਅੱਜ ਤੋਂ 15 ਸਾਲ ਪਹਿਲਾਂ ਦਾ ਇਦਾਂ ਹੁੰਦਾ ਸੀਗਾ 15 ਤੋਂ 20 ਸਾਲ ਜਦੋਂ ਮੈਂ ਹਲੇ ਸ਼ੁਰੂ ਵੀ ਨਹੀਂ ਕੀਤਾ ਸੀਗਾ ਮੈਂ ਸੁਣਦੀ ਹੁੰਦੀ ਸੀਗੀ ਕਿ ਸਾਡੇ ਆਰਟਿਸਟ ਸੀਗੇ ਉਹਨਾਂ ਦੀ ਜਿਹੜੀ ਐਲਬਮ ਸੀਗੀਆਂ ਉਹ ਕਰੋੜ ਕਰੋੜ ਦੇ ਵਿੱਚ ਸੇਲ ਹੁੰਦੀਆਂ ਸੀਗੀਆਂ ਔਨ ਪੇਪਰ ਇੱਕ ਐਲਬਮ ਸੱਤ ਅੱਠ ਗਾਣਿਆਂ ਦੀ ਐਲਬਮ 1 ਕਰੋੜ 1.5 ਕਰੋੜ ਦੇ ਵਿੱਚ ਡੀਲ ਹੁੰਦੀ ਸੀਗੀ ਉਦੋਂ ਬਾਅਦ ਡਾਊਨਫਾਲ ਆਇਆ ਸਾਡੀ ਇੰਡਸਟਰੀ ਦਾ ਠੀਕ ਹੈ ਉਹ ਫਿਰ ਬਲਕ ਵਿੱਚ ਕੰਮ ਬਲਕ ਵਿੱਚ ਕੰਮ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ ਬਟ ਬਹੁਤ ਬਲਕ ਵਿੱਚ ਕੰਮ ਕੀਤੇ ਗਏ ਔਰ ਉਸ ਚੀਜ਼ ਨੇ ਕਿਤੇ ਨਾ ਕਿਤੇ ਕੁਆਲਿਟੀ ਨੂੰ ਬਹੁਤ ਲੂਜ਼ ਕਰ ਦਿੱਤਾ ਸਿਰਫ ਕੁਆਂਟੀਟੀ ਤੇ ਧਿਆਨ ਦਿੱਤਾ ਗਿਆ ਕੁਆਲਿਟੀ ਬਿਲਕੁਲ ਸਰਵ ਨਹੀਂ ਕੀਤੀ ਗਈ ਅਸੀਂ ਤਾਂ ਬਹੁਤ ਗ੍ਰੇਟਫੁਲ ਹਾਂ ਸਿੱਧੂ ਲਈ ਕਿ ਉਹ ਇੰਨਾ ਕੁਝ ਇੰਨੇ ਛੋਟੇ ਟਾਈਮ ਪੀਰੀਅਡ ਚ ਇੰਨਾ ਕੁਝ ਦੇ ਗਿਆ ਇੰਡਸਟਰੀ ਨੂੰ ਇੰਨਾ ਕੁਝ ਲੋਕਾਂ ਨੂੰ ਦੇ ਗਿਆ ਉਹ ਪਿਆਰ ਜਿਹੜਾ ਉਹਨੇ 4-5 ਸਾਲਾਂ ਦੇ ਵਿੱਚ ਇਕੱਠਾ ਕੀਤਾ ਮੈਨੂੰ ਲੱਗਦਾ ਇੱਥੇ ਅੱਡੀਆਂ ਕਿਸ ਜਾਂਦੀਆਂ ਨੇ ਇਹਨਾਂ ਦਾ ਬਹੁਤ ਲੰਬਾ ਸਮਾਂ ਰਿਹਾ ਇੰਡਸਟਰੀ ਵਿੱਚ ਅਸੀਂ ਖੁਦ ਇਹਨਾਂ ਦੇ ਗਾਣੇ ਸੁਣ ਸੁਣ ਵੱਡੇ ਹੋਏ ਆਂ ਐਂਡ ਬੜੇ ਟਾਈਮ ਤੋਂ ਮਤਲਬ ਰਿਹਾ ਸੀਗਾ ਕਿ ਕਿੱਥੇ ਨੇ ਕਿੱਥੇ ਨੇ ਕਿ ਕਿੱਥੇ ਨੇ ਅੱਜ ਫਾਈਨਲੀ ਇਹਨਾਂ ਨੂੰ ਫੜ ਲਿਆ ਤੇ ਮੈਨੂੰ ਇਸ ਕਨਵਰਸੇਸ਼ਨ ਦੀ ਰੁਪਿੰਦਰ ਹਾਂਡਾ ਜੀ ਬਹੁਤ ਈਗਰ ਵੀ ਵੇਟ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਤਾਂ ਬੜਾ ਵੱਡਾ ਬਣਾਤਾ ਮੈਨੂੰ ਵੀ ਲੱਗਦਾ ਕਿ ਤੁਸੀਂ ਡਿਜ਼ਰਵ ਕਰਦੇ ਹੋ। ਅਮ ਮੇਰੀ ਦਿਲ ਦੀ ਸੋਚ ਹੈ ਮੇਬੀ ਸ਼ਾਇਦ ਤੁਸੀਂ ਕੀ ਸੋਚਦੇ ਹੋ ਕੀ ਨਹੀਂ। ਪਰ ਮੈਂ ਸ਼ੁਰੂਆਤੀ ਇੱਥੋਂ ਕਰਦੇ ਹਾਂ ਕਿਉਂਕਿ ਤੁਸੀਂ ਹੁਣ ਇਹ ਤਾਰ ਛੇੜ ਹੀ ਲਈ ਹੈ। ਹਾਂ। ਕਈ ਮੈਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਛੋਟੇ ਹੁੰਦੇ ਆ ਤਾਂ ਸੁਣ ਰਹੇ ਹਾਂ। ਐਕਚੁਅਲੀ ਮੈਂ ਵੀ ਛੋਟੇ ਹੁੰਦੇ ਤਾਂ ਹੀ ਗਾ ਰਹੀ ਹਾਂ। ਯੈਸ ਕਿਉਂਕਿ ਮੇਰਾ ਸਫ਼ਰ ਜਿਹੜਾ ਸੀਗਾ ਬਹੁਤ ਛੋਟੀ ਏਜ ਵਿੱਚ ਸ਼ੁਰੂ ਹੋ ਗਿਆ ਸੀਗਾ। ਅਮ ਕੰਪੀਟੀਸ਼ਨ ਤੋਂ ਸਟਾਰਟ ਹੁੰਦਾ ਇੱਕ ਰਿਐਲਿਟੀ ਸ਼ੋਅ ਤੋਂ ਸਟਾਰਟ ਹੁੰਦਾ ਔਰ ਫਿਰ ਰਿਐਲਿਟੀ ਸ਼ੋਅ ਆਈ ਥਿੰਕ ਇਟ ਵਾਸ ਅ ਡੈਸਟੀਨੀ ਮੈਂ ਨਹੀਂ ਸੋਚਿਆ ਸੀ ਮੈਂ ਸਿੰਗਰ ਬੰਨਾ ਔਰ ਵਿਨ ਕਰਨ ਤੋਂ ਬਾਅਦ ਵੀ ਆਈ ਵਾਸ ਨੋਟ ਸ਼ੋਰ ਕਿ ਮੈਂ ਇਸ ਚੀਜ਼ ਨੂੰ ਕੰਟੀਨਿਊ ਕਰਨਾ ਮੈਂ ਸਟੱਡੀ ਦੇ ਵਿੱਚ ਆਪਣਾ ਧਿਆਨ ਲਾਣਾ ਸ਼ੁਰੂ ਕਰ ਦਿੱਤਾ ਮਤਲਬ ਕਿਉਂਕਿ ਮੇਰਾ ਮੇਰਾ ਇੰਟਰਸਟ ਹੀ ਉਧਰ ਸੀਗਾ ਬਟ ਤੁਹਾਡੀ ਡੈਸਟੀਨੀ ਨਾ ਤੁਹਾਨੂੰ ਤੱਕੇ ਨਾਲ ਉਸ ਪਾਸ ਤੇ ਲੈ ਜਾਂਦੀ ਆ ਔਰ ਉਹ ਮੇਰੇ ਲਈ ਬਣਿਆ ਸੀਗਾ ਸ਼ਾਇਦ ਔਰ ਇਸ ਇੰਡਸਟਰੀ ਦੇ ਵਿੱਚ ਕੰਮ ਕਰਨਾ ਸੀਗਾ ਇਹ ਲਿਖਿਆ ਸੀਗਾ ਔਰ ਹੋ ਰਿਹਾ ਔਰ ਪਤਾ ਵੀ ਨਹੀਂ ਲੱਗਿਆ ਐਨੇ ਸਾਲ ਕਿਵੇਂ ਨਿਕਲ ਗਏ ਇਟਸ ਬੀਨ ਲਾਈਕ 19 ইয়ার্স ਨਾਉ ਤੇ 19 ਸਾਲ ਹੋ ਗਏ ਆ 2002 ਫੇਰ ਤੋਂ ਸ਼ੁਰੂ ਹੋਇਆ ਹੋਇਆ ਹਾਂਜੀ ਆਈ ਥਿੰਕ ਨਾ ਜਿਵੇਂ ਗਲਤ ਨਹੀਂ ਹੈ ਪਰ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਇੰਡਸਟਰੀ ਚੱਲ ਕਿੱਥੇ ਰਿਹਾ ਮੈਨੂੰ ਐ ਲੱਗਦਾ ਕਿ ਬੜਾ ਮਿਸ ਕਰ ਰਹੇ ਨੇ ਦੋਨੋਂ ਤੁਹਾਡੇ ਫੈਨਸ ਆ ਤੁਹਾਡੇ ਚਾਹਣਾ ਹੈ ਕਿ ਤੁਹਾਡੀ ਮਿਸ ਪਰਸਪੈਕਸ਼ਨ ਹੈਗੀ ਆ ਬਿਕਾਜ਼ ਮੈਂ ਤੇ ਆਮ ਵਰਕਿੰਗ ਮੈਂ ਤਾਂ ਕੰਮ ਛੱਡਿਆ ਹੀ ਨਹੀਂਗਾ ਬਟ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਬੇਸ਼ੱਕ ਕੰਮ ਨਹੀਂ ਛੱਡਿਆ ਮੈਂ ਹਲਾ ਲਲਾ ਨਹੀਂ ਮਚਾਈ ਹੋਈ ਪਾਗਲ ਨਹੀਂ ਆ ਮੈਂ ਕੰਮ ਲਈ ਮੈਂ ਕ੍ਰੇਜ਼ੀ ਨਹੀਂ ਆ ਲੋਕਾਂ ਦੀ ਤਰ੍ਹਾਂ ਅੰਨੇਵਾ ਕੰਮ ਨਹੀਂ ਕਰ ਰਹੀ ਆਈ ਬਲੀਵ ਇਨ ਕੁਆਲਿਟੀ ਨਾਟ ਇਨ ਕਵਾਂਟੀਟੀ ਬਿਟ ਤੁਸੀਂ ਸੋਚ ਰਹੇ ਹੋ ਕਿ ਸਾਰਾ ਕੁਝ ਬਦਲ ਚੁੱਕਿਆ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਆਣ ਨਾਲ ਆ ਜਦੋਂ ਮੈਂ ਸਟਾਰਟ ਕੀਤਾ ਸੀਗਾ ਉਸ ਵੇਲੇ ਪ੍ਰੋਮੋਸ਼ਨਸ ਪਤਾ ਕਿੱਦਾਂ ਹੁੰਦੀਆਂ ਸੀਗੀਆਂ ਜਾਓ ਯਾਰ ਆ ਪੋਸਟਰ ਆ ਗਏ ਨੇ ਆ ਸੋ ਪੋਸਟਰ ਬਸਾਂ ਤੇ ਦੇ ਦੋ ਬਸ ਸਟੈਂਡ ਜਾ ਕੇ ਬਸਾਂ ਦੇ ਪਿੱਛੇ ਲਾਉਣੇ ਨੇ ਮੈਂ ਉਹ ਵੀ ਦੌਰ ਦੇਖਿਆ ਮੈਂ ਸੀਰੀਜ਼ ਦਾ ਦੌਰ ਵੀ ਦੇਖਿਆ ਫਿਰ YouTube ਦਾ ਦੌਰ ਦੇਖਿਆ ਫੁੱਲੀ ਹੁਣ ਜਦੋਂ ਸਟ੍ਰੀਮਿੰਗ ਸਾਈਟਸ ਦਾ ਆ ਗਿਆ ਜਿੱਥੇ ਤੁਹਾਨੂੰ ਤੁਸੀਂ ਘਰੇ ਬੈ ਕੇ ਸਿਰਫ ਇੱਕ ਕਲਿੱਕ ਮਾਰਨਾ ਹੈ ਤੁਹਾਡਾ ਗਾਣਾ ਸਾਰੇ ਪਾਸੇ ਅਵੇਲੇਬਲ ਹੋ ਜਾਏਗਾ ਰਾਈਟ ਤੁਸੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਇਟਸ ਔਨ ਯੋਰ ਲੈਪਟਾਪ ਤੁਸੀਂ ساری ਦੁਨੀਆ ਤੱਕ ਆਪਣੇ ਗਾਣੇ ਪਹੁੰਚਾ ਸਕਦੇ ਹੋ ਸੋ ਦੌਰ ਜਿਹੜੇ ਹੈਗੇ ਨੇ ਉਹ ਚੇਂਜ ਹੁੰਦੇ ਦੇਖਦੇ ਹਾਂ ਆਈ ਫੀਲ ਵੈਰੀ ਲੱਕੀ ਕਿ ਮੈਂ ਉਸ ਦੌਰ ਤੋਂ ਇੱਕ ਚੇਂਜ ਹੁੰਦੇ ਦੌਰ ਦੇਖਿਆ ਐਂਡ ਆਈ ਫੀਲ ਵੈਰੀ ਬlesਟ ਕਿ ਮੈਨੂੰ ਹੱਲੇ ਤੱਕ ਕੰਮ ਕਰਨ ਦਾ ਮੌਕਾ ਮਿਲ ਰਿਹਾ ਔਰ ਮੈਂ ਅਮ ਅੱਜ ਦੇ ਯੰਗਸਟਰਸ ਲਈ ਵੀ ਗਾਣੇ ਬਣਾ ਰਹੀ ਆਂ ਔਰ ਜਿਹੜੇ ਪੁਰਾਣੇ ਬੰਦੇ ਨੇ ਉਹ ਤਾਂ ਸਾਡੇ ਨਾਲ ਜੁੜੇ ਹੀ ਹੋਏ ਨੇ ਬਟ ਅੱਜ ਦੇ ਯੂਥ ਲਈ ਵੀ ਅਸੀਂ ਗਾਣੇ ਬਣਾ ਰਹੇ ਆਂ ਸੋ ਮੈਨੂੰ ਮੇਰਾ ਸਿਰ ਥੋੜੀ ਹੈਲਥ ਇਸ਼ੂ ਸੀਗੇ ਜਿਹਦੇ ਕਰਕੇ ਮੈਂ ਥੋੜਾ ਜਿਹਾ ਸਾਈਡ ਬਾਈ ਸੀਗੀ ਕਿ ਮੈਂ ਇਹੀ ਮੇਰੇ ਰੀਜ਼ਨ ਸੀਗਾ ਵੀ ਸ਼ੈਡਨ ਕਰੰਦਾ ਮੈਂ ਤਾਂ ਹੀ ਉਸ ਕੱਲ ਨੂੰ ਮੈਂ ਇਸ ਇਸ ਪੁਆਇੰਟ ਉਫੇ ਤੋਂ ਕਹਿ ਰਿਆ ਸੀਗਾ ਬਿਕਾਜ਼ ਇੱਕ ਹਾਈਪ ਤੇ ਇੱਕ ਰੀਚ ਡੈਫੀਨਿਟਲੀ ਇੱਕ ਮੈਟਰ ਕਰਦੀ ਹੈ ਹਨਾ ਪਹਿਲਾਂ ਨਾਲੋਂ ਕੰਮ ਈਜ਼ੀ ਹੋ ਗਿਆ ਤੁਸੀਂ ਇੱਕੋ ਜਗ੍ਹਾ ਤੇ ਬੈਠ ਕੇ ਅਸੀਂ ਇਸ ਕਮਰੇ 'ਚ ਬੈਠੇ ਆਂ ਅਸੀਂ ਇਸੇ ਕਮਰੇ ਵਿੱਚ ਬੈ ਕੇ ਗਾਣਾ ਵੀ ਰਿਕਾਰਡ ਕਰ ਸਕਦੇ ਹਾਂ ਅਸੀਂ ਇਸੇ ਕਮਰੇ ਵਿੱਚ ਬੈ ਕੇ ਗਾਣਾ ਸ਼ੂਟ ਵੀ ਕਰ ਸਕਦੇ ਹਾਂ ਅਸੀਂ ਇਸੇ ਐਨਰਮਲ ਲੈਪਟਾਪ ਤੋਂ ਕਰ ਸਕਦੇ ਹਾਂ ਇਸੇ ਹੀ ਕਮਰੇ ਦੇ ਵਿੱਚ ਬੈ ਕੇ ਅਸੀਂ ਐਡਿਟ ਵੀ ਕਰ ਸਕਦੇ ਹਾਂ ਅਸੀਂ ਇੱਥੇ ਹੀ ਆਪਣੀ ਬੈਕਸਟੇਜ ਤੇ ਆਪਣੇ ਸਾਰੇ ਸਟ੍ਰੀਮਿੰਗ ਸਾਈਟਸ ਦੇ ਉੱਤੇ ਅਸੀਂ ਗਾਣਾ ਅਪਲੋਡ ਵੀ ਕਰ ਸਕਦੇ ਹਾਂ ਔਰ ਇੱਥੇ ਬੈ ਕੇ ਅਸੀਂ ਆਪ ਰਿਲੀਜ਼ ਵੀ ਹੁੰਦੇ ਦੇਖਾਂਗੇ ਓਕੇ ਪ੍ਰੀਮੀਅਰ ਲੱਗ ਗਿਆ ਗਾਣਾ ਤੁਹਾਨੂੰ ਵਧੀਆ ਲੱਗਦਾ ਇਹ ਵਾਲਾ ਦੋ ਜਿਹੜਾ ਯੈਸ ਆਮ ਇੰਜੋਇੰਗ ਇਟ ਜਦੋਂ ਤੁਸੀਂ ਆਪ ਕੰਮ ਕਰਦੇ ਹੋ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਸਿਨੈਰੀਓ ਦਾ ਪਤਾ ਹੁੰਦਾ ਕਿ ਤੁਸੀਂ ਕੀ ਕਰ ਰਹੇ ਹੋ ਕਿ ਕਿਸ ਡਾਇਰੈਕਸ਼ਨ ਦੇ ਵਿੱਚ ਤੁਸੀਂ ਜਾਣਾ ਤਾਂ ਇਹ ਆਈ ਥਿੰਕ ਬਹੁਤ ਈਜ਼ੀ ਹੋ ਗਿਆ ਪਹਿਲਾਂ ਆਰਟਿਸਟ ਕੰਪਨੀਆਂਜ਼ ਦੇ ਉੱਤੇ ਡਿਪੈਂਡ ਕਰਦੇ ਹੁੰਦੇ ਸੀਗੇ ਕਿ ਹੁਣ ਗਾਣਾ ਰੀਲੀਜ਼ ਕਦੋਂ ਹੋਏਗਾ ਜੀ ਕਦੋਂ ਹੋਏਗਾ ਫੋਨ ਕਰਦੇ ਰਹਿਣਾ ਫੋਨ ਕਰਦੇ ਰਹਿਣਾ ਬਟ ਹੁਣ ਆਰਟਿਸਟ ਕੋਲ ਆਪਣਾ ਪਲੈਟਫਾਰਮ ਹੈਗਾ ਇੱਕ ਨਵਾਂ ਆਰਟਿਸਟ ਵੀ ਆ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦਾ ਹੈ ਅਗਰ ਉਹਦੇ ਵਿੱਚ ਟੈਲੈਂਟ ਹੈ ਅਗਰ ਉਹਦੇ ਵਿੱਚ ਕੈਪੇਬਿਲਿਟੀ ਹੈਗੀ ਆ ਔਰ ਉਹਦੇ ਵਿੱਚ ਸਪਾਰਕ ਹੈ ਸੋ ਇਟਸ ਹੁਣ ਟੈਲੈਂਟ ਮੈਟਰ ਨਹੀਂ ਕਰਦਾ ਐਨਾ ਹੁਣ ਅੱਜ ਦੇ ਟਾਈਮ ਦੇ ਵਿੱਚ ਸਿਰ ਤੁਹਾਡੇ ਚ ਸਪਾਰਕ ਹੈਗਾ ਨਾ ਕਰੰਟ ਹੈਗਾ ਤੁਹਾਡੇ ਚ ਕਰੰਟ ਮੈਟਰ ਕਰਦਾ ਹਮ ਬਸ ਮੈਨੂੰ ਇਹ ਲੱਗਦਾ ਤੁਸੀਂ ਕੰਮ ਵੀ ਕਰੋਗੇ ਸਹੀ ਡਾਇਰੈਕਸ਼ਨ ਦੀ ਲੋੜ ਹੁੰਦੀ ਹੈ ਡਾਇਰੈਕਸ਼ਨ ਸਹੀ ਹੈਗੀ ਹੈ ਡਿਸੀਜਨ ਸਹੀ ਹੈਗੇ ਤੁਹਾਡੇ ਔਰ ਸਪਾਰਕ ਹੈਗਾ ਯੂ ਗੁੱਡ ਟੂ ਗੋ ਬਟ ਇਹ ਜਿਹੜੀ ਮੈਂ ਚੇਂਜ ਦੀ ਪਹਿਲਾਂ ਗੱਲ ਕੀਤੀ ਆ ਮੈਂ ਉਸ ਜੀ ਨੂੰ ਥੋੜਾ ਜਿਹਾ ਕਲੀਅਰ ਕਰਨਾ ਚਾਹੁੰਗਾ ਕਿ ਚੇਂਜ ਮੈਂ ਕਿਹੜੇ ਪੁਆਇੰਟ ਅਫ ਤੇ ਕਹਿ ਰਿਹਾ ਸੀਗਾ ਬਹੁਤ ਸਾਰੇ ਆਰਟਿਸਟ ਪਹਿਲਾਂ ਇਕੱਠੇ ਯੂਨਿਟੀ ਚ ਇੱਕ 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 ਬੌਂਡ ਰੱਖਦੇ ਸੀਗੇ ਅੱਜ ਦੇ ਟਾਈਮ 'ਚ ਹਰ ਇੱਕ ਇੰਡੀਵਿਜੂਅਲ ਹੋ ਚੁੱਕਿਆ ਹੈ ਹਮ ਹਮ ਅੱਜ ਦੇ ਟਾਈਮ 'ਚ ਹਰ ਇੱਕ ਸੀ ਆਰਟਿਸਟ ਨੂੰ ਆਪ ਦੀ ਭਜ ਦੌੜਾ ਹਮ ਬਿਕੋਜ਼ ਸੋਸ਼ਲ ਮੀਡੀਆ ਦੇ ਆਰ ਨਾਲ ਬਹੁਤ ਸਾਰੀ ਚੀਜ਼ਾਂ ਦਾ ਖੁੱਲ ਕੇ ਉਹਨਾਂ ਨੂੰ ਪਤਾ ਲੱਗਿਆ ਬਹੁਤ ਸਾਰੀ ਯੂ ਨੋ ਕਿੱਥੋਂ ਕਿੱਥੋਂ ਉਹਨਾਂ ਨੂੰ ਪੈਸਾ ਆ ਸਕਦਾ ਹੈ ਕਿਵੇਂ ਉਹ ਚੀਜ਼ਾਂ ਵਰਕ ਕਰ ਸਕਦੇ ਨੇ ਬੇਸ਼ੱਕ ਰਦਰਨ ਕੁਝ ਸੋਸ਼ਲ ਮੀਡੀਆ ਐਪਸ ਲਗਾ ਲਓ ਸਪੋਟੀਫਾਈ ਜਾਂ ਕੁਝ 뮤ਜ਼ਿਕ ਦੀ ਐਪਸ ਲਗਾ ਲਓ ਉਹਨਾਂ ਸਾਰਿਆਂ ਦੇ ਸੋਰਸਾਂ ਨੂੰ ਪਤਾ ਲੱਗ ਚੁੱਕੇ ਨੇ ਤਾਂ ਆਰਟਿਸਟ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਆਪ ਲੈਣਾ ਪਸੰਦ ਕਰਦਾ ਬਟ ਇਹਦਾ ਸਾਈਡ ਇਫੈਕਟ ਕੀ ਹੈ ਕਿ ਤੁਹਾਡਾ ਬੌਂਡ ਥੋੜੀ ਦੋਸਤੀ ਥੋੜੀ ਯਾਰੀ ਲਾਈਕ ਥੋੜੀ 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 ਮੈਨੂੰ ਆ ਰਿਹਾ ਲੱਗਦਾ ਕਿ ਆਪ ਦੀ ਆਪ ਦੀ ਲਾਈਫ ਚ ਕੱਟ ਹੋਈ ਆ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਨਹੀਂ ਨਹੀਂ ਕਰਦੇ ਨਹੀਂ ਯਾਰੀਆਂ ਦੋਸਤੀਆਂ ਆਪਣੀ ਜਗ੍ਹਾ ਜਿੰਨੇ ਯਾਰੀ ਨਿਭਾਉਣੀ ਆ ਉਹ ਤਾਂ ਨਿਭਾਈ ਜਾਊਗਾ ਉਹਦੇ ਵਾਸਤੇ ਉਹਨੂੰ ਕਿਸੇ ਹੋਰ ਜਿੰਨੇ ਟਾਈਮ ਕੱਢਣਾ ਹੈ ਨਾ ਲੈਟਸ ਸੇ ਯੂ ਐਂਡ ਮੀ ਆਰ ਫਰੈਂਡਸ ਹੈ ਨਾ ਅਗਰ ਅਸੀਂ ਦੋਵਾਂ ਨੇ ਇੱਕ ਦੂਸਰੇ ਲਈ ਟਾਈਮ ਕੱਢਣਾ ਨਾ ਅਸੀਂ ਕੱਢ ਹੀ ਲਾਂਗੇ ਅਸੀਂ ਕਿਸੇ ਵੀ ਸਿਚੁਏਸ਼ਨ 'ਚ ਹੋਈਏ ਕਿੰਨੇ ਵੀ ਬਿਜ਼ੀ ਹੋਈਏ ਅਸੀਂ ਇੱਕ ਦੂਸਰੇ ਨੂੰ ਟਾਈਮ ਜ਼ਰੂਰ ਦਵਾਂਗੇ ਪਰ ਟਾਈਮ ਕੱਢ ਲਾਂਗੇ ਬਟ ਅਗਰ ਮੇਰਾ ਤੁਹਾਡੇ ਨਾਲ ਬੌਂਡ ਹੀ ਨਹੀਂ ਹੈਗਾ ਮੈਂ ਤੁਹਾਨੂੰ ਮਿਲਣਾ ਹੀ ਨਹੀਂ ਚਾਹੁੰਦੀ ਤਾਂ ਫਿਰ ਰੱਬ ਵੀ ਥੱਲੇ ਉਤਰ ਆਏਗਾ ਤਾਂ ਵੀ ਸ਼ਾਇਦ ਨਹੀਂ ਕਿ ਤੁਹਾਡੇ ਲਈ ਜ਼ਰੀਏ ਵੀ ਬਣ ਜਾਣਗੇ ਫਿਰ ਵੀ ਉਹ ਜ਼ਰੀਆ ਵੀ ਤੁਹਾਡੇ ਲਈ ਕੁਝ ਨਹੀਂ ਕਰੂਗਾ ਬਿਕਾਜ਼ ਇਟਸ ਮਿਚੁਅਲ ਤਾਂ ਇਹਦੇ ਵਿੱਚ ਕਿਤੇ ਵੀ ਸਾਡਾ profession ਸਾਡਾ ਕੰਮ ਸਾਡੀ ਇੰਡਸਟਰੀ ਕਿਤੇ ਵੀ ਨਹੀਂ ਹੈ ਕਮ ਕਮ ਹੈ ਪਰਸਨਲ ਰਿਲੇਸ਼ਨਸ ਆ ਆਪਣੀ ਜਗ੍ਹਾ ਨੇ ਔਰ ਜਿਨ੍ਹਾਂ ਦੇ ਹੈਗੇ ਨੇ ਜਿਨ੍ਹਾਂ ਨਾਲ ਹੈਗੇ ਉਹਨਾਂ ਨਾਲ ਬਹੁਤ ਜ਼ਰੂਰੀ ਨਹੀਂ ਕਿ ਤੁਸੀਂ ਰੋਜ਼ ਹੀ ਕਾਲ ਕਰੋ ਕਿਸੇ ਨੂੰ ਰੋਜ਼ ਕਾਲ ਕਰੋ ਜਾਂ ਮੈਸੇਜ ਕਰੋ ਮੈਂ ਮੇਰੀ ਗੱਲ ਕਰ ਰਹੇ ਹੋ ਤੁਸੀਂ ਮੈਂ ਤਾਂ ਆਮ ਨਾਟ ਅ ਪਬਲਿਕ ਪਰਸਨ ਮੈਂ ਤਾਂ ਬਿਲਕੁਲ ਆਪਣੀ ਚੀਜ਼ਾਂ ਨੂੰ ਪਬਲਿਕ ਚ ਲੈ ਕੇ ਨਹੀਂ ਆਉਂਦੀ ਹੈ ਨਾ ਮੈਂ ਐਦਾ ਕਿਉਂ ਆਉਂਦੀ ਸੀ ਮੈਨੂੰ ਬਹੁਤ ਸਾਰੇ ਆਰਟਿਸਟ ਨੇ ਜੋ ਨਹੀਂ ਕਰਨਾ ਚਾਹੁੰਦੇ ਔਰ ਕਿਉਂਕਿ ਲੋਕਾਂ ਦਾ ਤੁਸੀਂ ਦੇਖੋ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈਗੀ ਹੈ ਜਿਹਨੂੰ ਆਈ ਥਿੰਕ ਯੂਜ਼ ਕਰਨ ਦਾ ਇੱਕ ਤਰੀਕਾ ਹੁੰਦਾ ਤੁਹਾਡੇ ਹੱਥ ਵਿੱਚ ਅਗਰ ਇੱਕ ਕਲਿੱਕ ਕਰਕੇ ਆਪਣੀ ਅਪਡੇਟ ਕਰਨ ਦਾ ਜ਼ਰੀਆ ਹੈਗਾ ਤਾਂ ਉਹ ਅਪਡੇਟ ਕਿੱਥੇ ਤੱਕ ਜਾਂਦੀ ਹੈ ਇਹ ਵੀ ਮੈਟਰ ਕਰਦਾ ਔਰ ਇੱਥੇ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੇ ਲੋਕ ਹੈਗੇ ਨੇ ਸਭ ਦੀ ਸੋਚ ਵੱਖਰੀ ਹੈ ਕੌਣ ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ ਸੋਚਦਾ ਬਹੁਤ ਅਲੱਗ-ਅਲੱਗ opinion ਹੈਗੇ ਨੇ ਇਹਦੇ ਉੱਤੇ ਸਾਨੂੰ ਹਰ ਚੀਜ਼ ਨੂੰ ਜਦੋਂ ਵੀ ਅਸੀਂ ਅਪਡੇਟ ਕਰਨਾ ਹੈ ਸ਼ੇਅਰ ਕਰਨਾ ਹੈ ਤਾਂ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਚਾਹੇ ਚਾਹੇ ਉਹ ਤੁਹਾਡੀ ਫੈਮਿਲੀ ਹੈ ਚਾਹੇ ਤੁਹਾਡੇ ਫਰੈਂਡਸ ਨੇ ਚਾਹੇ ਤੁਹਾਡੇ ਪ੍ਰੋਫੈਸ਼ਨਲ ਲਿੰਕਸ ਨੇ ਆਈ ਥਿੰਕ ਬਹੁਤ ਸੋਚ ਸਮਝ ਕੇ ਉਹਨਾਂ ਨੂੰ ਪਬਲਿਕ ਕਰਨਾ ਚਾਹੀਦਾ ਇਹ ਮੇਰਾ ਮੰਨਣਾ ਹੈਗਾ ਮੈਂ ਸ਼ੁਰੂ ਤੋਂ ਹੀ ਬਹੁਤ ਪ੍ਰਾਈਵੇਟ ਹੈਗੀ ਹਾਂ ਔਰ ਬਹੁਤ ਕਟ ਮੈਂ ਆਪਣੀ ਫੈਮਿਲੀ ਨੂੰ ਜਾਂ ਸਭ ਚੀਜ਼ਾਂ ਨੂੰ ਅੱਗੇ ਲੈ ਕੇ ਆਉਣੀ ਆ ਔਰ ਖੁਦ ਮੈਂ ਆਪਦੀ ਗੱਲ ਕਰ ਰਹੀ ਹਾਂ ਮਤਲਬ ਇਟਸ ਨਾਟ ਅਬਾਊਟ ਥੈਮ ਮੈਂ ਖੁਦ ਆਪ ਬਹੁਤ ਪ੍ਰਾਈਵੇਟ ਆ ਮਤਲਬ ਮੈਨੂੰ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਹੁਣ ਨਾਰਮਲੀ ਸਭ ਆਰਟਿਸਟਾਂ ਨੇ ਵਲੌਗ ਸ਼ੁਰੂ ਕਰ ਲਿਆ ਬਹੁਤ ਕੁਝ ਹੋ ਰਿਹਾ ਹੈ ਬਟ ਆਈ ਮੈਂ ਚਾਹ ਕੇ ਵੀ ਨਿਓ ਕਰ ਚੀਜ਼ ਕਰ ਪਾਉਂਗੀ ਕਿਉਂਕਿ ਆਈ ऍम ਨਾਟ ਕੰਫਰਟੇਬਲ ਉਸ ਚੀਜ਼ ਦੇ ਵਿੱਚ ਮੈਂ ਕੰਫਰਟੇਬਲ ਹੀ ਨਹੀਂ ਆ ਕਰਨ ਨੂੰ ਕੀ ਹੈ ਕਰ ਸਕਦੇ ਆ ਸਭ ਕੁਝ ਬਟ ਉਹਦਾ ਫਾਇਦਾ ਕੀ ਹੈ ਜਦ ਤੱਕ ਤੁਸੀਂ ਅਥੋਂ ਮੈਂਟਲੀ ਪ੍ਰੇਪੇਅਰ ਨਹੀਂ ਹੈਗੇ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਆ ਮੈਂ ਆਈ ਡੋਨਟ ਬਲੀਵ ਇਨ ਸ਼ਾਰਟ ਟਰਮ ਮਨੀ ਕਿ ਅੱਜ ਛੇਤੀ ਮਨੀ ਆਏਗੀ ਹਰ ਚੀਜ਼ ਪੈਸਾ ਨਹੀਂ ਹੁੰਦਾ ਅਕੋਰਡਿੰਗ ਟੂ ਮੀ ਹਰ ਚੀਜ਼ ਪੈਸਾ ਨਹੀਂ ਹੁੰਦਾ ਤੁਹਾਡੀ ਆਪ ਦੀ ਮੈਂਟਲ ਹੈਲਥ ਐਂਡ ਤੁਹਾਡੀ ਆਪਣੀ ਸੈਟੀਸਫੈਕਸ਼ਨ ਦਿਲ ਦੀ ਬੜੀ ਜ਼ਰੂਰੀ ਹੈ ਮੈਂ ਦੇਖ ਰਿਹਾ ਹਾਂ ਸੀਗਾ ਮੈਂ ਇੱਕ ਟਾਈਮ ਐਦਰ ਸੀਗਾ ਅੱਜ ਵੀ ਟਾਈਮ ਟੱਚਵਡ ਹੁੰਦਾ ਰਹੇਗਾ ਯਾ ਬਟ ਕੰਪੈਰੀਜ਼ਨ ਟੂ ਪਿੱਛੇ ਟਾਈਮ ਚ ਅ ਬਿਰੂਪਿੰਦਰ ਹੰਡਾ ਕੋਲੇ ਵੇਲ ਨਹੀਂ ਹੁੰਦੀਗੀ ਰੁਪਿੰਦਰ ਹੰਡਾ ਰੁਪਿੰਦਰ ਹੰਡਾ ਰੁਪਿੰਦਰ ਹੰਡਾ ਹੁੰਦੇ ਸੀ ਚੱਕਵੇਂ ਗਾਣੇ ਗਾਣੇ ਰੁਪਿੰਦਰ ਹੰਡਾ ਨੂੰ ਬੁਲਾਓ ਮੈਨੂੰ ਇਹ ਫੀਲ ਹੋਇਆ ਖੁਦ ਨੂੰ ਅ ਕਿ ਮੈਂ ਬਹੁਤ ਟਾਈਮ ਤੋਂ ਸਿਰਫ ਸੌਫਟ ਗਾਣੇ ਗਾਏ ਆ ਹਾਂ ਆਈ ਥਿੰਕ ਤੁਹਾਡਾ ਸਵਾਲ ਇਹੀ ਹੈ ਹੈ ਨਾ ਹਾਂ ਹਾਂ ਆਫਟਰ ਪਰਵਾਹ ਨਹੀਂ ਕਰੀਦੀ ਹਾਂ ਹਾਂ ਆਈ ਥਿੰਕ ਇੱਕ ਗਾਣਾ ਕੀਤਾ ਵਾ ਪਰਵਾਹ ਨਹੀਂ ਕਰੀਦੀ ਤੋਂ ਬਾਅਦ ਮੈਂ ਸਿਰਫ ਇੱਕੋ ਗਾਣਾ ਕੀਤਾ ਸੀਗਾ that was ਕੈਂਡ ਜੀ ਜੱਟੀਆਂ ਮਨਖਰਿਆਂ ਪੱਟੀਆਂ ਫੁੱਲ ਆਫ ਯੂ نو ਗਲੈਮਰ ਐਂਡ ਨਖਰਾ ਤੇ ਉਸ ਤੋਂ ਬਾਅਦ ਪੂਰਾ ਸਾਲ ਮੈਂ ਆਈ ਥਿੰਕ ਹੋਰ ਵੀ ਗਾਣੇ ਕੀਤੇ ਬਸ ਬਟ ਆਡੀਓ ਕੀਤੇ ਸੀਗੇ ਵੀਡੀਓ ਨਹੀਂ ਕੀਤੇ ਸੀਗੇ ਐਂਡ ਆਫ ਦੀ ਇਅਰ ਮੈਂ ਇੱਕ ਗਾਣਾ ਹੋਰ ਕੀਤਾ ਸੀਗਾ ਖਬਰਦਾਰ ਸਰਦਾਰਾ ਜੇ ਸੋਚਿਆ ਪਹਿਲੀ ਵਾਰੀ ਉਹ ਕੀਤਾ ਸੀ ਆਈ ਥਿੰਕ ਲਾਕਡਾਊਨ ਦੇ ਵਿੱਚ ਰਿਲੀਜ਼ ਹੋਇਆ ਸੀ ਉਹ ਲਾਕਡਾਊਨ ਚ ਪਹਿਲਾ ਗਾਣਾ ਸੀਗਾ ਮੇਰਾ ਉਹ ਲਾਕਡਾਊਨ ਤੋਂ ਜਸਟ ਪਹਿਲਾਂ 2020 ਦੇ ਵਿੱਚ ਰਿਲੀਜ਼ ਹੋਇਆ ਸੀਗਾ ਤੇ 19 ਦੇ ਵਿੱਚ ਆਲਮੋਸਟ ਇੱਕੋ ਹੀ ਗਾਣਾ ਆਇਆ ਸੀਗਾ ਮੇਰਾ ਮੈਂ ਘੱਟ ਕੰਮ ਕੀਤਾ ਕੀਤਾ ਜ਼ਰੂਰ ਹੈ ਛੱਡਿਆ ਕਦੇ ਵੀ ਨਹੀਂ ਪਰ ਉਸ ਤੋਂ ਬਾਅਦ ਚੱਕਵਾ ਤੁਸੀਂ ਇਹਨੂੰ ਹੀ ਕਹੋਗੇ ਆਈ ਥਿੰਕ ਬੀਟ Song ਨੂੰ ਤੁਸੀਂ ਚੱਕਵਾ ਕਹਿ ਰਹੇ ਹੋ ਨਾ ਤਾਂ ਬੀਟ Song ਨਹੀਂ ਮੈਂ ਕੀਤਾ ਉਸ ਤੋਂ ਬਾਅਦ ਕਨਸਟੈਂਟਲੀ ਮੇਰੇ ਰੋਮਾਂਟਿਕ ਗਾਣੇ ਆਏ ਸੌਫਟ ਗਾਣੇ ਜਿੱਦਾਂ ਮੈਟਰ ਨਹੀਂ ਕਰਦਾ ਤੂੰ ਧੜਕਣ ਹੈ ਨਾ ਧੜਕਣ ਵਾਲਾ ਗਾਣਾ ਸੀ ਗਾ ਦੈਨ ਆਪਣਾ ਇੱਕ ਗਾਣਾ ਹੋਰ ਕੀਤਾ ਸੀਗਾ ਮੈਨੂੰ ਯਾਦ ਵੀ ਨਹੀਂ ਤੇ ਇਵਨ ਜਦੋਂ ਮੇਰੀ ਸਰਜਰੀ ਹੋਈ ਸੀਗੀ ਸਰਜਰੀ ਤੋਂ ਵੈਰੀ ਨੈਕਸਟ ਡੇ ਮੇਰਾ ਗਾਣਾ ਰਿਲੀਜ਼ ਸੀਗਾ ਔਰ ਆਈ ਵਾਸ ਪ੍ਰੋਮੋਟਿੰਗ ਮਾਈ Song ਸਰਜਰੀ ਤੋਂ ਨੈਕਸਟ ਡੇ ਹਾਂਜੀ ਨੈਕਸਟ ਡੇ ਮਤਲਬ ਮੇਰੀ 19 ਨੂੰ ਸਰਜਰੀ ਹੋਈ ਸੀਗੀ ਐਂਡ 20th ਨੂੰ ਗਾਣਾ ਰਿਲੀਜ਼ ਹੋ ਗਿਆ ਸੀ ਮੈਨੂੰ ਪਤਾ ਨਹੀਂ ਚੱਲਿਆ ਮੈਂ 21st ਨੂੰ ਫਿਰ ਗਾਣਾ ਪ੍ਰੋਮੋਟ ਕੀਤਾ ਸੀਗਾ ਸ਼ੁਰੂ ਕੀਤਾ ਸੀ ਉਹਦੀ ਪ੍ਰੋਮੋਸ਼ਨ ਤੇ ਹਾਲਾਂਕਿ ਆਈ ਵਾਸ ਓਨ ਬੈਡ ਬਟ ਫਿਰ ਵੀ ਮੈਂ ਪ੍ਰੋਮੋਸ਼ਨ ਉਹਦੀ ਜਿੰਨੀ ਕੁ ਵੀ ਕਰ ਸਕੀ ਮੈਂ ਕੀਤੀ ਉਹਨੂੰ ਪ੍ਰੋਮੋਟ ਕਰਨ ਦਾ ਕੋਸ਼ਿਸ਼ ਕੀਤੀ ਪਰ ਮੈਂ ਕਦੇ ਬੈਠੀ ਨਹੀਂ ਵਿਹਲੀ ਨਹੀਂ ਬੈਠੀ ਬਟ ਇੰਨਾ ਜ਼ਰੂਰ ਸੀਗਾ ਕਿ ਹਰ ਇੱਕ ਬੰਦੇ ਨੂੰ ਨਾ ਇੱਕ ਫੇਜ਼ ਇਹੋ ਜਿਹਾ ਜ਼ਿੰਦਗੀ 'ਚ ਆਉਂਦਾ ਹੈ ਕਿ ਉਹਨੂੰ ਐਨਲਾਈਜ਼ ਕਰਨ ਦਾ ਮੌਕਾ ਮਿਲਦਾ ਹੈ ਕਿ ਵਾਟ ਆਈ ਵਾਂਟ ਟੂ ਡੂ ਮੈਂ ਕਿਸ ਡਾਇਰੈਕਸ਼ਨ ਦੇ ਵਿੱਚ ਕੰਮ ਕਰਨਾ ਚਾਹੁੰਨਾ ਔਰ ਆਈ ਥਿੰਕ ਤੁਸੀਂ ਇਸ ਗੱਲ ਦੇ ਨਾਲ ਮੇਬੀ ਐਗਰੀ ਕਰੋਗੇ ਕਿ ਬਹੁਤ ਸਾਰੇ ਆਰਟਿਸਟਾਂ ਦੇ ਨਾਲ ਐਦਾਂ ਹੋਇਆ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਬਿਕਾਜ਼ ਇੱਕ ਹਿਊਜ ਚੇਂਜ ਆਇਆ ਇੰਡਸਟਰੀ ਦੇ ਵਿੱਚ ਗਾਣਿਆਂ ਨੂੰ ਲੈ ਕੇ 뮤직 ਨੂੰ ਲੈ ਕੇ ਲਿਰਿਕਸ ਨੂੰ ਲੈ ਕੇ ਹਨਾ ਇੱਕ ਜ਼ੋਨਰੀ ਚੇਂਜ ਹੋ ਗਿਆ ਅਜ਼ ਅ ਟਾਈਮ ਹਰ ਦੂਜੀ ਗੱਲ ਲਿਰਿਕਸ ਆ ਬਿਕਾਜ਼ ਜਦੋਂ ਸਿੱਧੂ ਆਇਆ ਤੇ ਸਿੱਧੂ ਨੇ ਜਿਹੜਾ ਸਾਡਾ 뮤직 ਸੀਗਾ ਉਹ ਲੈ ਗਿਆ ਉਸ ਲੈਵਲ ਤੇ ਯੂ نو ਔਨ ਪੀਕ ਤੇ ਉਸ ਵੇਲੇ ਬਹੁਤ ਸਾਰੇ ਆਰਟਿਸਟ ਸੀ ਉਹਨਾਂ ਵਿੱਚ ਮੈਂ ਵੀ ਸੀਗੀ ਕਿ ਯਾਰ 왓 ਟੂ ਡੂ ਨਾਉ 왓 ਟੂ ਡੂ ਕੀ ਨੈਕਸਟ ਹੋ ਸਕਦਾ ਅਸੀਂ ਕਨਫਿਊਜ਼ ਹੀ ਅੰਨੇ ਹੋ ਗਏ ਬਹੁਤ ਸਾਰੇ ਆਰਟਿਸਟ ਨੇ ਮੈਨੂੰ ਇਸ ਗੱਲ ਦੇ ਮੰਨਣ ਚ ਕੋਈ ਉਹ ਨਹੀਂ ਹੈਗਾ ਕੋਈ ਮੈਨੂੰ ਸ਼ਰਮ ਨਹੀਂ ਹੈ ਕਿ ਬਹੁਤ ਕਨਫਿਊਜ਼ਨ ਆ ਗਈ ਸੀਗੀ ਉਸ ਵੇਲੇ ਕਿਉਂਕਿ ਉਹ ਜਿਹੜਾ 뮤직 ਦਾ ਟਾਈਪ ਸੀਗਾ ਨਾ ਇਟ ਵਾਸ ਨੈਕਸਟ ਲੈਵਲ ਤੇ ਉਹਦੇ ਵਿੱਚ ਹੁਣ ਕਿ ਕਿੱਥੇ ਇੱਕ ਤੁਹਾਡੇ ਫੈਮਿਲੀ ਰੀਐਂਟਡ ਗਾਣੇ ਚੱਲ ਰਹੇ ਨੇ ਯੂ ਨੋ ਔਰ ਉੱਥੇ ਇੱਕਦਮ ਠਾ 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 ਚੱਕਵੇਂ ਗਾਣੇ ਆ ਰਹੇ ਨੇ ਗਾਣੇ ਬੀਟ ਉਹ ਵੀ ਸੀਗੇ ਬੀਟ ਇਹ ਵੀ ਸੀ ਬਟ ਬਹੁਤ ਵੱਡਾ ਡਿਫਰੈਂਸ ਲੋਕਾਂ ਨੇ ਮਾਈਂਡਸੈਟ ਚੇਂਜ ਕਰ ਦਿੱਤੇ ਮਾਈਂਡਸੈਟ ਚੇਂਜ ਹੋ ਗਿਆ ਸਾਡੇ ਯੂਥ ਨੂੰ ਬਹੁਤ ਕੁਆਲਿਟੀ ਚੀਜ਼ ਚਾਹੀਦੀ ਸੀ ਉਸ ਤੋਂ ਬਾਅਦ ਸੋ ਮੇਰੇ ਤਰ੍ਹਾਂ ਬਹੁਤ ਸਾਰੇ ਆਰਟਿਸਟ ਹੋਣਗੇ ਮੈਂ ਤਾਂ ਇਸ ਕਨਫਿਊਜ਼ਨ ਦੇ ਵਿੱਚ ਹੀ ਬਹੁਤ ਟਾਈਮ ਕੱਢ ਦਿੱਤਾ ਕਿ ਹੁਣ ਮੈਂ ਗਾਣੇ ਕਿਸ ਤਰ੍ਹਾਂ ਦੇ ਕਰਾਂ ਯਾਰ ਅ ਫਿਰ ਫਾਈਨਲੀ ਮੈਂ ਬੈਕ ਇ ਸੋਚਿਆ ਬਹੁਤ ਟਾਈਮ ਮੈਨੂੰ ਲੱਗਿਆ ਉਸ ਚੀਜ਼ ਨੂੰ ਸਮਝਣ ਚ ਕਿ ਕਿਸ ਤਰ੍ਹਾਂ ਦੇ ਗਾਣੇ ਮੈਂ ਕਰਨੇ ਆ ਬੀਟ Song ਦੇ ਵਿੱਚ ਵੀ ਮੈਂ ਬੀਟ ਤਾਂ ਹੀ ਨਹੀਂ ਕੀਤੇ ਬਿਕਾਜ਼ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਲੋਕਾਂ ਦੀ ਐਕਸਪੈਕਟੇਸ਼ਨ ਤੁਹਾਡੀ ਆਡੀਅנס ਦੀ ਐਕਸਪੈਕਟੇਸ਼ਨ ਬਹੁਤ ਵੱਡੀ ਹੁੰਦੀ ਹੈ ਤੁਹਾਡੇ ਤੋਂ ਕਿ ਜੋ ਵੀ ਕਰਨਗੇ ਉਹ ਬਹੁਤ ਡਿਫਰੈਂਟ ਹੋਣਾ ਚਾਹੀਦਾ ਸੋ ਉਸ ਟਾਈਮ ਦੇ ਵਿੱਚ ਮੈਨੂੰ ਥੋੜਾ ਬੀਟ Song ਮੈਂ ਤਾਂ ਨਹੀਂ ਕੀਤੇ ਕਿਉਂਕਿ ਉਸ ਚੀਜ਼ ਨੂੰ ਦੇਖੋ ਇਨਵੈਸਟਮੈਂਟ ਵੀ ਹੁੰਦੀ ਹੈ ਹਰ ਗਾਣੇ ਦੇ ਉੱਤੇ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ ਜਦੋਂ ਰਿਲੀਜ਼ ਹੁੰਦਾ ਹੈ ਤੇ ਆਡੀਅנס ਨੇ ਤਾਂ ਸਿਰਫ ਯੈਸ অর ਨੋ ਹੀ ਕਹਿਣਾ ਹੁੰਦਾ ਹੈ ਬਟ ਉਹਦੇ ਪਿੱਛੇ ਜਰਨੀ ਬਹੁਤ ਵੱਡੀ ਹੁੰਦੀ ਹੈ ਉਹਦੇ ਵਿੱਚ ਫਾਈਨੈਂਸ ਵੀ ਲੱਗੇ ਹੁੰਦੇ ਆ ਉਹਦੇ ਵਿੱਚ ਮਿਹਨਤ ਵੀ ਲੱਗੀ ਹੁੰਦੀ ਹੈ ਇਕੱਲੇ ਇੱਕ ਬੰਦੇ ਨਹੀਂ ਪੂਰੀ ਟੀਮ ਦੀ ਮਿਹਨਤ ਹੁੰਦੀ ਹੈ ਸੋ ਇੱਕ ਲੌਂਗ ਜਰਨੀ ਹੁੰਦੀ ਆ ਇਸ ਕਰਕੇ ਫਿਰ ਮੈਂ ਉਸ ਟਾਈਮ ਦੇ ਵਿੱਚ ਸਿਰਫ ਰੋਮਾਂਟਿਕ ਸੌਫਟ ਸਾਈਡ ਚੂਜ਼ ਕੀਤੀ ਕਿ ਮੈਂ ਇਸ ਤਰ੍ਹਾਂ ਦੇ ਗਾਣੇ ਕਰਨੇ ਆਂਡ ਆਈ ਵਾਸ ਨੋਟ 멘ਟਲੀ ਪ੍ਰੇਪੇਅਰ ਕਿ ਮੈਂ ਕੰਮ ਕਰਨਾ ਹੀ ਹੈ ਤਾਂ ਉਹ 2 ਸਾਲ ਮੈਂ ਬੜੇ ਮਤਲਬ ਮਸਤੀ ਨਾਲ ਕੰਮ ਕੀਤਾ ਔਰ ਫੁੱਲ ਮਤਲਬ ਆਪਣੇ ਆਪ ਨੂੰ ਹੀ ਟਾਈਮ ਦਿੱਤਾ ਬਹੁਤ ساری ਚੀਜ਼ਾਂ ਨੂੰ ਐਨਲਾਈਜ਼ ਕੀਤਾ ਔਰ ਫਿਰ ਮੈਨੂੰ ਫੀਲ ਹੋਇਆ ਕਿ ਨਾਓ ਇਟਸ ਟਾਈਮ ਟੂ ਇੰਟਰਡਿਊਸ 2.0 ਖੁਦ ਨੂੰ ਲਗ ਮੰਨਦੇ ਹੋ ਇੰਡਸਟਰੀ ਤੋਂ ਆਜ਼ਰ ਨਹੀਂ ਆਮ ਆ ਪਾਰਟ ਆਫ ਇਟ ਮੈਂ ਡਿਫਰੈਂਟ ਨਹੀਂ ਆ ਮੈਂ ਕੁਝ ਅਲੱਗ ਨਹੀਂ ਮੇਰੇ ਸਿੰਗ ਲੱਗੇ ਹੋਏ ਬਟ ਮੈਂ ਆਮ ਆ ਪਾਰਟ ਆਫ ਇਟ ਜਿਵੇਂ ਹੋਰ ਅਲੱਗ ਇਨਸੈਂਸ ਕਿ ਮੈਂ ਥੋੜਾ ਸਾਈਡ ਐਂਗਲ ਦੀ ਗੱਲ ਕਰ ਰਿਹਾ ਹਾਂ ਬਿਕੋਜ਼ ਸਾਈਡ ਇਨ ਅ ਸੈਂਸ ਕਿ ਜਿਵੇਂ ਪੂਰੀ ਇੰਡਸਟਰੀ ਚ ਅਸ ਦਿ ਟਾਈਮ ਚ ਨਾ ਬੜੀ ਪੱਜ ਦੋੜਾ ਮੇਬੀ ਸ਼ਾਇਦ ਰਿਪੀਟਡ ਆਰਟਿਸਟ ਨੂੰ ਲੈ ਕੇ ਖੁਦ ਬੰਦਾ ਨਹੀਂ ਇਸ ਚੀਜ਼ ਨੂੰ ਐਨਲਾਈਜ਼ ਕਰ ਸਕਦਾ ਕਿ ਮੈਂ ਸਭ ਤੋਂ ਵੱਖਰਾ ਹਾਂ ਜਾਂ ਨਹੀਂ ਹਾਂ ਇਹ ਤਾਂ ਲੋਕ ਦੱਸਦੇ ਆ ਕਿ ਕੌਣ ਵੱਖਰਾ ਹੈ ਕੌਣ ਕੀ ਗੀਦੇ ਚ ਕਿੰਨੀ ਕੈਪੇਬਿਲਿਟੀ ਹੈਗੀ ਇਹਨੇ ਜੋਗਾ ਹੈ ਵੀ ਕਿ ਨਹੀਂ ਅਸੀਂ ਸਿਰ ਤੇ ਬਿਠਾਇਆ ਤੇ ਇਹਨੇ ਜੋਗਾ ਹੈ ਵੀ ਕਿ ਨਹੀਂ ਉਹ ਸੋ ਲੋਗ ਤੁਹਾਨੂੰ ਸਤਿਕਾਰ ਦਿੰਦੇ ਆ ਪਿਆਰ ਦਿੰਦੇ ਆ ਇਹ ਤੁਹਾਡੇ ਉੱਤੇ ਹੈਗਾ ਕਿ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਦੇ ਹੋ ਔਰ ਆਪਣੇ ਆਪ ਦੀ ਕੀ ਸਿਫਤ ਕਰਨੀ ਹੈ ਤਾਂ ਲੋਕ ਦੱਸਦੇ ਆ ਤੁਹਾਨੂੰ ਬਾਅਦ ਚ ਤੁਹਾਡੇ ਕੰਮ ਦੇ ਨਾਲ ਤੁਹਾਡੇ ਕੰਮ ਦੇ ਮੈਂ ਇਹ ਸਮਝਦੀ ਆ ਕਿ ਕੱਲਾ ਇੱਕ ਆਰਟਿਸਟ ਅਗਰ ਅਸੀਂ ਬਣ ਗਏ ਆ ਉਸ ਤੋਂ ਪਹਿਲਾਂ ਇੱਕ ਇਨਸਾਨ ਆ ਇਨਸਾਨੀਅਤ ਦੇ ਤੌਰ ਤੇ ਵੀ ਅਸੀਂ ਕੀ ਕੰਮ ਕਰਦੇ ਆ ਇਹ ਵੀ ਬਹੁਤ ਮੈਟਰ ਕਰਦਾ ਆ I think ਲੋਕ ਇਸ ਚੀਜ਼ ਨਾਲ ਵੀ ਜ਼ਰੂਰ ਕਨੈਕਟ ਹੁੰਦੇ ਨੇ ਕਿ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਤੁਹਾਡੀ ਸੋਚ ਕੀ ਹੈਗੀ ਆ ਕੀ ਸੋਚ ਰੱਖਦੇ ਹੋ ਸੋ ਮੈਂ ਮੈਂ ਆਰਟਿਸਟ ਜ਼ਰੂਰ ਬਣ ਗਈ ਪਰ ਮੈਂ ਆਪਣੇ ਅੰਦਰ ਦਾ ਇਨਸਾਨ ਨਹੀਂ ਮਰਨ ਦਿੱਤਾ ਮੈਂ ਫੁੱਲੀ ਕਮਰਸ਼ੀਅਲ ਨਹੀਂ ਹੋਈ that is what i feel today ਹਾਂ ਮੈਨੂੰ 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 ਆਬਜ਼ਰਵ ਹੋ ਰਿਹਾ ਮੈਂ ਦੇਖਿਆ ਮੈਂ ਕਦੇ ਵੀ ਜਿਹੜੇ ਤੁਹਾਡੇ ਦੋਸਤ ਹਨਾ ਪੁਰਾਣੇ ਹੁੰਦੇ ਆ ਮੇਬੀ ਸ਼ਾਇਦ ਉਹ ਸਕਰੀਨ ਤੇ ਆਏ ਆ ਸਾਨੂੰ ਤਾਂ ਲੱਗਦਾ ਵੀ ਤੁਹਾਡੇ ਪੁਰਾਣੇ ਦੋਸਤ ਅੱਜ ਵੀ ਹੋਣਗੇ ਬੇਸ਼ੱਕ ਕੋ ਤੁਸੀਂ ਜਿਵੇਂ ਕਿਹਾ ਪਬਲੀਕਲੀ ਨਹੀਂ ਹੈਗੇ ਹੂੰ ਕੁਝ ਲੋਕ ਤਾਂ ਮਨਿਸਟਰਸ ਬਣ ਗਏ ਅੱਛਾ ਓਕੇ ਕੁਝ 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 ਇੰਡਸਟਰੀ ਚ ਹੈ ਗਿਆ ਹੈ ਨਾ ਮੇਬੀ ਕਲੀਗਸ ਵੀ ਵਰ ਨਾਟ ਫਰੈਂਡਸ ਬਟ ਵੀ ਵਰ ਕਲੀਗਸ অর ਇੱਕ ਬੜੇ ਰਿਸਪੈਕਟਫੁਲ ਜਿਹਾ ਰਿਸ਼ਤਾ ਸੀਗਾ ਸਭ ਦੇ ਨਾਲ ਹੀ ਟਿਲ ਨਾਓ ਵੀ ਆਰ ਫਰੈਂਡਸ ਹੁਣ ਅਸੀਂ ਕਿਵੇਂ ਕਰ ਸਕਦੇ ਅਸੀਂ ਮੈਂ ਮੈਂ ਸਭ ਦੀ ਇਨ ਮਤਲਬ ਇੰਡੀਵਿਜੂਅਲ ਗੱਲ ਨਹੀਂ ਕਰ ਰਹੀ ਹਾਂ ਜੀ ਬਹੁਤ ਲੋਕ ਅੱਗੇ ਚਲੇ ਗਏ ਆ ਮਤਲਬ ਬੜੇ ਵੱਡੇ ਵੱਡੇ ਅਹੁਦਿਆਂ ਤੇ ਮੈਂ ਕੱਲੇ ਮੈਂ ਅਨਮੋਲ ਦੀ ਗੱਲ ਨਹੀਂ ਕਰ ਰਹੀ ਹਾਂ ਉਸ ਤੋਂ ਇਲਾਵਾ ਵੀ ਆਈ ਹੈਵ ਫਰੈਂਡਸ ਜਿਹੜੇ ਮਨਿਸਟਰ ਮਿਨਿਸਟਰੀਜ਼ ਦੇ ਵਿੱਚ ਹੈਗੇ ਨੇ ਬਟ ਅਸੀਂ ਕਦੇ ਡਿਸਕਲੋਜ਼ ਨਹੀਂ ਕੀਤਾ ਉਹਨਾਂ ਰਿਲੇਸ਼ਨਸ਼ਿਪਸ ਨੂੰ ਜਾਂ ਉਹਨਾਂ ਰਿਸ਼ਤਿਆਂ ਨੂੰ ਅਸੀਂ ਕਦੇ ਪਬਲਿਕ ਇਨੀ ਕੀਤਾ ਕਿਉਂਕਿ ਆਈ نو ਹਰ ਆਈ نو ਹਰ ਉਹਦੀ ਲੋੜ ਹੀ ਨਹੀਂ ਹੈਗੀ ਆ ਤੁਸੀਂ ਜਿਹਨੂੰ ਜਾਣਦੇ ਹੋ ਤੁਹਾਨੂੰ ਆਈ ਥਿੰਕ ਇੱਕ ਅੱਛਾ ਇਨਸਾਨ ਉਹ ਹੁੰਦਾ ਜੋ ਸ਼ੌਅ ਆਫ ਨਹੀਂ ਕਰਦਾ ਇਹ ਮੇਰਾ ਮੰਨਣਾ ਰੁਪਿੰਦਰ ਤੁਹਾਨੂੰ ਲੱਗਦਾ ਕਿ ਡੂਇਟ ਦਾ ਜ਼ਮਾਨਾ ਜਿਹੜਾ ਸੀਗਾ ਇਹ ਜ਼ਮਾਨਾ ਹੈਗਾ ਵੀ ਇਹ ਡੂਇਟ ਦਾ ਜ਼ਮਾਨਾ ਸੀਗਾ ਨਹੀਂ ਜਿਵੇਂ ਗੁਰਲੇਸ਼ ਜੀ ਹੋ ਗਏ ਅਫਸਾਨਾ ਖਾਨ ਹੋ ਗਏ ਜਾਂ ਹੋਰ ਕਿੰਨੇ ਸਾਰੇ ਆਰਟਿਸਟ ਫੀਮੇਲ ਵੋਕਲਜ਼ ਦੀ ਮੈਂ ਗੱਲ ਕਰਨੀ ਚਾਹੂੰਗਾ ਥੋੜੀ ਜਿੰਦਗੀ 'ਚ ਡੂਇਟ ਥੋੜਾ ਮਿਕਸ ਮਿਸ ਰਿਹਾ ਹ ਹ ਮੈਂ 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 ਇਹਨਾਂ ਇੰਜੋਏ ਨਹੀਂ ਕਰਦੀ ਸੀ ਉਹਨੂੰ ਹਾਂਜੀ ਮਤਲਬ ਇਹ ਇਹ ਤੁਹਾਡਾ ਕੀ ਪਰਸਪੈਕਟਿਵ ਹੈ ਪਰਸਪੈਕਟਿਵ ਕੀ ਸੀਗਾ ਤੁਹਾਡਾ ਕੀ ਚੀਜ਼ ਸੀਗੀ ਕਿ ਵੀ ਤੁਸੀਂ ਡੂਇਟ ਨਹੀਂ ਕਰਦੇ ਬਿਕੋਜ਼ ਮੈਨੂੰ ਲੱਗਦਾ ਕਿ ਦੋ ਆਵਾਜ਼ਾਂ ਜਦੋਂ ਮਿਲਦੀਆਂ ਨੇ ਦੋਨਾਂ ਨੂੰ ਬੈਨੀਫਿਟ ਓਬਵੀਅਸਲੀ ਹੁੰਦਾ ਆ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਤੁਹਾਡਾ ਕੰਮ ਵੀ ਬੋਲਦਾ ਹਨਾ ਬਟ ਇਹ ਚੀਜ਼ ਦਾ ਪਾਰਟ ਕਿਉਂ ਨਹੀਂ ਗੁਪਿੰਦਰ ਹੰਡਾ ਨੇ ਖੁਦ ਨੂੰ ਵੜਨ ਦਿੱਤਾ ਮੈਂ ਜਦੋਂ ਸਟਾਰਟ ਕੀਤਾ ਸੀਗਾ ਨਾ ਐਕਚੁਅਲੀ ਤੁਹਾਡੇ ਤੁਹਾਡੀ ਬ੍ਰਿੰਗਿੰਗ ਕਿੱਦਾਂ ਦੀ ਹੋਈ ਆ ਇਹ ਬੜਾ ਮੈਟਰ ਕਰਦਾ ਹੈ ਹਾਂ ਔਰ ਮੈਂ ਜਿਸ ਇਲਾਕੇ ਤੋਂ ਆਈ ਆ ਮੈਂ ਸਰਸੇ ਹਰਿਆਣੇ ਦੇ ਵਿੱਚ ਮੇਰਾ ਜੰਪਲ ਹੈਗਾ ਤੇ ਮੈਂ ਮੈਂ ਜਿਸ ਤਰ੍ਹਾਂ ਦੇ ਉਸਤਾਦਾਂ ਦੇ ਵਿੱਚ ਮੈਂ ਰਹਿ ਕੇ ਸਿੱਖਿਆ ਮੈਂ ਨਾ ਸ਼ੁਰੂ ਤੋਂ ਹੀ ਮੈਂ ਡੁਇਟ ਸੁਣੇ ਹੀ ਨਹੀਂ ਸੀਗੇ ਮਤਲਬ ਮੇਰੀ ਲਾਈਫ ਦਾ ਪਾਰਟ ਹੀ ਨਹੀਂ ਰਹੇ ਉਹ ਮਿਊਜ਼ਿਕ জারਨੀ ਦੀ ਗੱਲ ਕਰ ਰਹੀ ਹਾਂ ਮੇਰਾ ਪਾਰਟ ਹੀ ਨਹੀਂ ਰਹੇ ਔਰ ਜੋ ਅਸੀਂ ਚੀਜ਼ ਸੁਣਦੇ ਆ ਨਾ ਔਨ ਰੀਪੀਟ ਉਹ ਚੀਜ਼ ਸਾਡੇ ਅੰਦਰ ਘਰ ਕਰ ਜਾਂਦੀ ਹੈ ਤਾਂ ਡੁਇਟ ਮੇਰੇ ਲਈ ਉਹ ਚੀਜ਼ ਨਹੀਂ ਸੀਗੀ ਕਿ ਆ ਇਹ ਮੇਰੇ ਲਈ ਇੱਕ એનર્ਜੀ ਬੂਸਟਰ ਦਾ ਕੰਮ ਕਰਦੇ ਆ ਨਾ ਤੋਂ ਮੇਰੇ ਲਈ ਉਹ ਚੀਜ਼ ਨਹੀਂ ਸੀਗੀ ਬਟ ਡੈਫੀਨਿਟਲੀ ਇਟਸ ਅ ਪਾਰਟ ਆਫ ਮਿਊਜ਼ਿਕ ਐਂਡ ਸਿੰਗਿੰਗ ਸਟਾਈਲ ਹੈਗਾ ਆਈ ਵਿਲ ਡੈਫੀਨਿਟਲੀ ਟਰਾਈ ਇਨ ਦ ਫਿਊਚਰ ਬਟ ਹਲੇ ਤੱਕ ਮੇਰਾ ਕੋਈ ਉਹ ਇਰਾਦਾ ਨਹੀਂ ਹੈਗਾ ਬਟ ਕਦੇ ਨਾ ਕਦੇ ਜ਼ਰੂਰ ਟਰਾਈ ਕਰੂੰਗੀ ਇਸ ਚੀਜ਼ ਨੂੰ ਮੈਂ ਇੱਕ ਚੀਜ਼ ਨਾ ਖੋਲ ਕੇ ਪੁੱਛਣੀ ਚਾਹੁੰਦਾ ਮੈਨੂੰ ਲੱਗਦਾ ਕਿ ਮੇਰੇ ਪਿਛਲੇ ਕੁਐਸਚਨਸ ਨੇ ਇੱਕ ਥੋੜੀ ਜਿਹੀ ਕਨਫਿਊਜ਼ਨ ਜਿਹੜਾ ਮੈਨੂੰ ਜਵਾਬ ਮੈਨੂੰ ਕਲੀਅਰ ਨਹੀਂ ਮਿਲਿਆ ਓਕੇ ਠੀਕ ਹੈ ਹੂੰ ਹੁਣ ਮੈਂ ਥੋੜਾ ਖੁੱਲ ਕੇ ਬੋਲਦਾ ਇੱਕਦਮ ਇੱਕਦਮ ਮੈਂ ਸਿੱਧੀ ਪਾਸਾ ਕਿਉਂਕਿ ਮੈਂ ਪਹਿਲਾਂ ਥੋੜਾ ਘੁਮਾ ਕੇ ਬੋਲਿਆ ਮੈਂ ਕਹਾ ਸ਼ਾਇਦ ਥੋੜਾ ਕੈਚ ਕਰ ਲਵਾਂ ਤੇ ਬਹੁਤੀ ਕੈਚ ਨਹੀਂ ਕੀਤਾ ਹੁਣ ਮੈਂ ਦੱਸਦਾ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਤੁਸੀਂ ਕਾਫੀ ਕੁਝ ਹਾਸਿਲ ਕਰ ਲਿਆ ਕਾਫੀ ਕੁਝ ਸਾਰਾ ਕੁਝ ਤਾਂ ਨਹੀਂ ਜਿਵੇਂ ਹਰ ਇਨਸਾਨ ਜ਼ਿੰਦਗੀ ਚ ਥੋੜਾ ਥੋੜਾ ਅਚੀਵ ਕਰਦਾ ਜਾਂਦਾ ਜਿਵੇਂ ਗੈਸਟ ਆਫ ਆਨਰ ਜਿਵੇਂ ਉਹ ਸਾਰੇ ਅਵਾਰਡਸ ਨੇ ਅ ਬਟਰ ਰੁਪਿੰਦਰ ਹਾਂਡਾ ਦਾ ਕਿਤੇ ਜ਼ਿਕਰ ਆਰਟਿਸਟ ਵੱਲੋਂ ਨਹੀਂ ਮੈਂ ਕਦੇ ਹੁੰਦਾ ਦੇਖਿਆ ਵੇ ਯਾਰ ਮੇਰੀ ਪ੍ਰੋਬਲਮ ਨਹੀਂ ਹੈ ਮਤਲਬ ਤੁਸੀਂ ਆਪੇ ਚੀਜ਼ ਸੋਚਦੇ ਹੋ ਜਾਂ ਸੋਚੀਆ ਕਦੇ ਮੈਨੂੰ ਮੈਂ ਓਨੈਸਟ ਜਵਾਬ ਚਾਹੁੰਦਾ ਮਿਲਦਾ ਆਪਕਿਸੇ ਤੌਰ ਤੇ ਕਿਹਦੇ ਨਾਲ ਹੁੰਦਾ ਨਹੀਂ ਦੇਖਿਆ ਕਿੱਥੇ ਨਹੀਂ ਦੇਖਿਆ ਮਤਲਬ ਕਾਈਂਡ ਆਫ ਜਿਵੇਂ ਮੈਂ ਅਸੀਂ ਵਿਚਰਦੇ ਹਾਂ ਅਸੀਂ ਗੱਲਬਾਤ ਦੇਖਦੇ ਹਾਂ ਸੋਸ਼ਲ ਮੀਡੀਆ ਹੋ ਗਿਆ ਮਤਲਬ ਬਹੁਤ ਸਾਰੇ ਆਰਟਿਸਟ ਨਾਲ ਸਾਰੇ ਆਰਟਿਸਟ ਨਾਲ ਆਪਾਂ ਮਿਲਦੇ ਜੁਲਦੇ ਹਾਂ ਬਹੁਤ ਸਾਰੇ ਆਰਟਿਸਟ ਹੈਗੇ ਜਿਹੜੇ ਪਰਸਨਲ ਨੋਟ ਤੇ ਆਪਣੇ ਆਪ ਚ ਰਹਿਣਾ ਪਸੰਦ ਕਰਦੇ ਆ ਤੁਹਾਡੇ ਵਾਂਗੂ ਹੈਨਾ ਆਪਾਂ ਉਹਨਾਂ ਨਾਲ ਵੀ ਰਹਿੰਦੇ ਆ ਵਿਚਰਦੇ ਆ ਹੂੰ ਬਟ ਕਦੇ ਨਾ ਮੈਨੂੰ ਆ ਲੱਗਦਾ ਕਿ ਜੇ ਇੰਡਸਟਰੀ ਇੱਕਾ ਹਾਂ ਆਰਟਿਸਟ ਸਾਰੇ ਐਂਟਰਟੇਨ ਕਰ ਰਹੇ ਆ ਤਾਂ ਜ਼ਿਕਰ ਜਾਂ ਚੀਜ਼ ਦਿਖਦੀ ਨਹੀਂ ਕਿਉਂ ਕਰੂਗਾ ਕੋਈ ਮੇਰਾ ਜ਼ਿਕਰ ਇਸ ਗੱਲ ਦਾ ਆਨਸਰ ਕਰੋ ਮੈਂ ਬੈਠੀ ਆ ਮੈਂ ਕਿਸੇ ਦਾ ਜ਼ਿਕਰ ਕੀਤਾ ਮੈਂ ਕਿਸੇ ਦਾ ਜ਼ਿਕਰ ਨਹੀਂ ਕਰ ਰਹੀ ਤਾਂ ਮੇਰਾ ਜ਼ਿਕਰ ਕੋਈ ਕਿਉਂ ਕਰੂਗਾ ਬਿਕਾਜ਼ ਮੇਰੇ ਕਿਸੇ ਨਾਲ ਪਰਸਨਲ ਰਿਲੇਸ਼ਨਸ ਹੀ ਨਹੀਂ ਹੈ ਮੇਰੇ ਕਿਸੇ ਨਾਲ ਹੈਲੋ ਹਾਈ ਹੀ ਨਹੀਂ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ WhatsApp ਵੀ ਨਹੀਂ ਮੈਂ ਤਾਂ ਖੋਲ ਕੇ ਥੋੜਾ ਪੁੱਛਿਆ ਹਾਂ ਅਗਰ ਮੇਰੀ ਨਹੀਂ ਹੈ ਤਾਂ ਉਹਨਾਂ ਦੀ ਵੀ ਤਾਂ ਨਹੀਂ ਹੈ ਇਟਸ ਮਿਚੁਅਲ ਮੈਂ ਪਹਿਲਾਂ ਤੁਹਾਨੂੰ ਕਹਿ ਕੇ ਹਟਿਆਂ ਕੰਮ ਆਪਣੀ ਜਗ੍ਹਾ ਹੈਗਾ ਥੋੜਾ ਜਿਨ੍ਹਾਂ ਦੇ ਨਾਲ ਰਾਪਤਾ ਹੈਗਾ ਉਹ ਲਕਲੀ ਮਿਲਦਾ ਹੈ ਰਾਪਤਾ ਬਣਦਾ ਹੈ ਲਕਲੀ ਰਾਈਟ ਹੁਣ ਅਗਰ ਮੈਂ ਨਹੀਂ ਜਾਂਦੀ ਕਿਤੇ ਵੀ ਪ੍ਰੋਮੋਸ਼ਨਸ ਤੇ ਮੈਂ ਕਿਤੇ ਕਿਸੇ ਦੇ ਬਰਥਡੇ ਪਾਰਟੀ ਤੇ ਨਹੀਂ ਜਾਂਦੀ ਆ ਮੈਂ ਕਿਸੇ ਪ੍ਰੀਮੀਅਰ ਤੇ ਨਹੀਂ ਤੁਸੀਂ ਮੈਨੂੰ ਦੇਖਿਆ ਹੋਣਾ ਮੇਰਾ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਹੀ ਕਲੋਸ ਰਿਲੇਸ਼ਨ ਹੈਗਾ ਜਾਂ ਮੇਰਾ ਜਿਹਨਾਂ ਨਾਲ ਪੁਰਾਣਾ ਪਿਆਰ ਹੈਗਾ ਮੈਂ ਉਹਨਾਂ ਦੇ ਲਈ ਜ਼ਰੂਰ ਖੜਦੀ ਆ ਜਿਹੜੇ ਪੁਰਾਣੇ ਦੋਸਤ ਨੇ ਜਾਂ ਕੁਝ ਵੀ ਜਾਂ ਨਾਮ ਜਾਨਣਾ ਚਾਹੁੰਗਾ ਮੈਂ ਦੱਸਾਂ ਲਿਸਟ ਬਹੁਤ ਛੋਟੀ ਹੈ ਲਾਈਕ ਮੈਂ ਫਰੈਂਡਸ ਬਣਾਉਂਦੀ ਨਹੀਂ ਹੈਗੀ ਮੈਂ ਮੇਰੇ ਮੇਰਾ ਸਿਰਫ ਇੱਕ ਕਲੀਕ ਦਾ ਰਿਸ਼ਤਾ ਰਹਿੰਦਾ ਹੈ ਹਰ ਇੱਕ ਆਰਟਿਸਟ ਦੇ ਨਾਲ ਕਲੀਕ ਦਾ ਮੈਂ ਮੈਂ ਕਦੇ ਪਰਸਨਲ ਨਹੀਂ ਹੋਈ ਕਿਸੇ ਦੇ ਨਾਲ ਵੀ ਸੋ ਇਹ ਜਦੋਂ ਅਸੀਂ ਮਿਲਦੇ ਗਿਲਦੇ ਆ ਨਾ ਸਾਡੇ ਰਿਸ਼ਤੇ ਉੱਥੋਂ ਇੱਕ ਨੀ ਬਣਦੀ ਹੈ ਅੱਜ ਤੁਸੀਂ ਮੈਨੂੰ ਮਿਲੇ ਹੋ ਤੇ ਅਸੀਂ ਗੱਲਬਾਤ ਕੀਤੀ ਐ ਆਫ ਸਕਰੀਨ ਔਨ ਸਕਰੀਨ ਅਸੀਂ ਗੱਲ ਕਰ ਰਹੇ ਆ ਸੋ ਇੱਕ ਸਾਡਾ ਰਾਪਤਾ ਬਣ ਗਿਆ ਯੈਸ ਤੁਸੀਂ ਨੈਕਸਟ ਟਾਈਮ ਮੈਨੂੰ ਮਿਲੋਗੇ ਮੈਂ ਤੁਹਾਨੂੰ ਬਹੁਤ ਹੱਸ ਕੇ ਮਿਲਾਂਗੀ ਔਰ ਅਗਰ ਮੇਰਾ ਤੁਹਾਡੇ ਤੁਹਾਡਾ ਮੇਰੇ ਤੇ ਅੱਛਾ ਪੋਜ਼ਿਟਿਵ ਮੈਨੂੰ ਤੁਹਾਡਾ ਅੱਛਾ ਰਿਐਕਸ਼ਨ ਜਾਂ ਇਮਪ੍ਰੈਸ਼ਨ ਪਿਆ ਯੈਸ ਤੇ ਮੈਂ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਮਿਲਾਂਗੀ ਅਗਰ ਤੁਹਾਨੂੰ ਕਿਸੇ ਤੋਂ ਵਾਈਬ ਹੀ ਨਹੀਂ ਆ ਰਹੀ ਐ ਯੈਸ ਕਿਉਂਕਿ ਸਾਡੀ ਮੈਂ ਕਿਸੇ ਦਿਨ ਲਈ 네ਗੇਟਿਵ ਨਹੀਂ ਬੋਲਣਾ ਚਾਹੁੰਦੀ ਔਰ ਨਾ ਹੀ ਮੈਂ ਮੈਂ ਕਿਸੇ ਨੂੰ ਵੀ 네ਗੇਟਿਵ ਦੇਖਦੀ ਆ ਮੈਂ ਇਹ ਦੇਖਦੀ ਆ ਕਿ ਤੁਸੀਂ ਤੁਹਾਡੇ ਅੰਦਰ ਕੀ ਹੈ ਤੁਸੀਂ ਕਿਸ ਤਰ੍ਹਾਂ ਦੇ ਔਰੇ ਦੇ ਵਿੱਚ ਹੈਗੇ ਹੋ ਤੁਹਾਡਾ ਔਰਾ ਮੈਟਰ ਕਰਦਾ ਹੈ ਹੋਰ ਤੁਹਾਡੇ ਤੋਂ ਕੀ ਐਕਸਪੈਕਟ ਕਰ ਰਿਹਾ ਉਹ ਮੈਟਰ ਨਹੀਂ ਕਰਦਾ ਤੁਸੀਂ ਆਪਣੇ ਆਪ ਤੋਂ ਕੀ ਐਕਸਪੈਕਟ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਸਿਰਫ ਇਹ ਚੀਜ਼ ਮੈਟਰ ਕਰਦੀ ਹੈ ਹੋਰ ਤੁਹਾਡਾ ਜ਼ਿਕਰ ਕਰਨ ਨਾ ਕਰਨ ਇਹ ਮੇਰੀ ਪ੍ਰੋਬਲਮ ਨਹੀਂ ਹੈਗੀ ਮੇਰੀ ਪ੍ਰੋਬਲਮ ਹੈ कि मैं अपना जिक्र करना है कि नहीं करना किथों करवाणा है वो मेरे अपने ऊपर का कदी ऐसा ਹੁੰਦਾ ਜਦ ਤੁਸੀਂ ਜਿੱਦਾਂ ਆਪਾਂ ਕਹਿੰਨੇ ਆ ਨਾ ਵੀ ਅਸੀਂ ਆਪ ਐਫਰਟ ਕੀਤੇ ਹੁਣ ਕਿਸੇ ਵਾਸਤੇ ਸਾਹਮਣੇ ਉਹ ਰਿਸਪੌਂਸ ਨਾ ਮਿਲਿਆ ਹੋਵੇ ਇਹ ਚੀਜ਼ ਇਨਸਟੈਂਸ ਕਦੀ ਹੋਇਆ ਨੋ 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 ਅਪਰੋਚ ਤੁਸੀਂ ਕਦੀ ਦੇਖਿਆ ਆਪਣੇ ਆਲੇ ਦੁਆਲੇ ਜਾਂ ਕਿਤੇ ਸੁਣਿਆ ਹੋਵੇ ਕੋਈ ਜਿਵੇਂ ਈਗੋਇਸਟਿਕ ਲੋਕ ਆ ਜਾਂ ਦਿਖਦੇ ਕੁਛ ਹੋ ਰਹਾ ਹੈ ਕੁਛ ਹੋ ਰਾ ਤੁਸੀਂ ਸ਼ੈਤਾਨ ਹੀ ਵਿਚਰਨਾ ਚਾਹੁੰਦੇ ਜਾਂ ਤੁਸੀਂ ਚਾਹ It is not personal ਮੈਂ ਦੱਸ ਰਹੀ ਹਾਂ ਨਾ ਮੈਂ ਜਜਮੈਂਟਲ ਨਹੀਂ ਆ ਲੋਕ ਭਾਵੇਂ ਹੋ ਸਕਦੇ ਨੇ ਮੈਨੂੰ ਲੈ ਕੇ ਮੈਂ ਆਮ ਟਾਕਿੰਗ ਅਬਾਊਟ ਨਾਉ ਇੰਡਸਟਰੀ ਪੀਪਲ ਉਹ ਹੋ ਸਕਦੇ ਨੇ ਮੈਨੂੰ ਲੈ ਕੇ ਜਜਮੈਂਟਲ ਬਟ ਮੈਂ ਕਦੇ ਵੀ ਕਿਸੇ ਨੂੰ ਲੈ ਕੇ ਜਜਮੈਂਟਲ ਨਹੀਂ ਹੋਈ ਆ ਮੈਂ ਕਦੇ ਵੀ ਬੈਠੇ ਬੈਠ ਕੇ ਸਕੈਨਿੰਗ ਨਹੀਂ ਕਰਦੀ ਆ ਬੰਦਾ ਐਦਾਂ ਦਾ ਹੋਣਾ ਕਿਦਾਂ ਦਾ ਹੋਣਾ ਮੈਂ ਕਦੇ ਜੱਜ ਨਹੀਂ ਕਰਦੀ ਕਿਸੇ ਨੂੰ ਕਿਉਂਕਿ ਮੈਂ ਬੜੇ ਖੁੱਲੇ ਦਿਲ ਦੇ ਨਾਲ ਹਮੇਸ਼ਾ ਸਭ ਨੂੰ ਮਿਲਦੀ ਆ ਹੱਸ ਕੇ ਮਿਲਦੀ ਆ ਇਹ ਅਗਲੇ ਦੀ ਪ੍ਰੋਬਲਮ ਹੈ ਕਿ ਉਹ ਮੇਰੇ ਬਾਰੇ ਕੀ ਸੋਚ ਰਿਹਾ ਮੈਂ ਕਿਸੇ ਦੇ ਦਿਮਾਗ ਨੂੰ ਨਾ ਤਾਂ ਇਰੇਜ਼ ਕਰ ਸਕਦੀ ਆ ਤੇ ਨਾ ਮੈਂ ਉਹਦੇ ਤੇ ਲਿਖ ਸਕਦੀ ਆ ਉਹਦਾ ਆਪਣਾ ਦਿਮਾਗ ਹੈ ਰੱਬ ਨੇ ਉਹਨੂੰ ਪੈਨਸਲ ਦਿੱਤੀ ਆਪਣੇ ਦਿਮਾਗ ਤੇ ਲਿਖਣ ਲਈ ਉਹ ਆਪਣੇ ਆਪ ਲਿਖੂਗਾ ਸੋ ਇਹ ਹਰ ਇੱਕ ਬੰਦੇ ਦਾ ਔਰਾ ਹੁੰਦਾ ਕਿਸੇ ਦਾ ਪੋਜ਼ਿਟਿਵ ਹੁੰਦਾ ਕਿਸੇ ਦਾ ਨੈਗੇਟਿਵ ਹੁੰਦਾ ਸੋ ਇਹ ਕਿਸੇ ਦੇ ਥਾਟਸ ਨੂੰ ਸੀ ਕਿਸ ਤਰ੍ਹਾਂ ਪ੍ਰੋਸੈਸ ਕਰਨਾ ਹੈ ਉਹ ਉਹਦੀ ਪ੍ਰੋਬਲਮ ਹੈ ਸਾਡੀ ਨਹੀਂ ਹੈਗੀ ਉਹ ਮੈਨੂੰ ਤੁਸੀਂ ਨਾ ਵੋਕਲਿਸਟ ਬੜੇ ਅੱਛੇ ਲੱਗ ਰਹੇ ਮੈਨੂੰ ਆ ਲੱਗ ਰਿਹਾ ਹੈ ਕਿ ਹਾਂ ਵੀਰ ਇਹ ਮੇਰੇ ਗੁਰੂ ਜੀ ਦਾ ਕਮਾਲ ਹੈ ਜਿੰਨਾ ਮੈਨੂੰ ਉਹਨਾਂ ਨੇ ਸਿਖਾਇਆ ਹੈ ਮੈਨੂੰ ਮੈਨੂੰ ਮੈਂ ਮੈਂ ਅਬਜ਼ਰਵ ਕੀਤਾ ਮੈਨੂੰ ਕਈਆਂ ਨੇ ਨਾ ਟਿੱਲੀ ਕਮੈਂਟ ਕਰਨੇ ਕਿ ਡੀ ਮੈਂ ਮੈਂ ਨਹੀਂ ਨਹੀਂ ਬਟ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਮੈਂ ਆਪ ਫੀਲ ਕੀਤੀ ਹੈ ਇਹ ਮੈਂ ਪਹਿਲੀ ਵਾਰ ਨਹੀਂ ਸੁਣ ਰਹੀ ਮੈਂ ਬਹੁਤ ਸੁਣਿਆ ਇਹ ਇਹ ਵਰਡਸ ਮੈਂ ਬਹੁਤ ਸੁਣਿਆ ਇਹ ਸ਼ਾਇਦ ਅਸੀਂ ਪਹਿਲੀ ਵਾਰ ਮਿਲਿਆ ਤਾਂ ਮੈਨੂੰ ਲੱਗਦਾ ਮੈਂ ਮੰਨਦੀ ਆ ਕਿ ਇਹ ਵੋਕਲ ਜਿਹੜੀ ਹੁੰਦੀ ਹੈ ਗੋਡ ਗਿਫਟ ਹੁੰਦੀ ਹੈ ਉਸ ਤੋਂ ਬਾਅਦ ਜੋ ਕਰਨਾ ਹੈ ਨਾ ਇਟਸ ਯੋਰ ਐਫਰਟਸ ਮਤਲਬ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਕਾਫੀ ਵਾਰ ਦਾ ਇਨਸਾਨ ਡਾਊਨ ਹੋ ਜਾਂਦਾ ਹੈ ਥੋੜਾ ਜਿਹਾ especially industry ch reh ke industry ch reh ke main ta mention kar reha hu because har jit upar niche ethe bahut aa ਹਰ ਕਿਸੇ ਨੂੰ ਇੱਕ ਨੂੰ ਇੱਕ ਕ੍ਰੋਸ ਕਰਨ ਦੀ ਦੌੜ ਆ ਜ਼ਿੰਦਗੀ 'ਚ ਹਰ ਕਿਸੇ ਨੂੰ ਅਸੀਂ ਇਹਨੂੰ ਕ੍ਰੋਸ ਕਰਨਾ ਹੈ ਅਸੀਂ ਇਹਨੂੰ ਕ੍ਰੋਸ ਕਰਨਾ ਬਟ ਮੈਨੂੰ ਤੁਹਾਨੂੰ ਤੁਹਾਡੇ ਕੋਲ ਬੈ ਕੇ ਐਵੇਂ ਲੱਗ ਰਿਹਾ ਜਿਵੇਂ ਬੜੀ ਕਾਮਲੀ ਐਂਡ ਈਜ਼ੀ ਟੂ ਐਕਸੈਪਟੇਬਲ ਮਤਲਬ ਕਿ ਜੋ ਵੀ ਹੈਗਾ ਇਹ ਮੈਂ ਐਕਸੈਪਟ ਕੀਤਾ ਹੈ ਐਂਡ ਮੈਨੂੰ ਜ ਖੁਸ਼ ਹ ਜਿੰਨਾ ਵੀ ਹੈਗਾ ਜੋ ਵੀ ਹੈਗਾ ਮੈਨੂੰ ਜ ਖੁਸ਼ ਹੈ ਮੈਂ ਤੁਹਾਡੇ ਕੋਲ ਬੈ ਕੇ ਆਬਜ਼ਰਵ ਕਰ ਪਾ ਰਿਹਾ ਬਹੁਤ ਰੇਅਰ ਹੁੰਦਾ ਐਦਾਂ ਓਨੈਸਟਲੀ ਬਿਕਾਜ਼ ਜਿੰਦਾਂ ਨਹੀਂ ਤੁਸੀਂ ਫੀਲਡ ਵਿੱਚ ਹੈਗੇ ਹੋ ਇੱਥੇ ਕਾਮਨੈਸ ਨਹੀਂ ਏਦਾਂ ਦੀ ਕਾਮਨੈਸ ਹੋਣੀ ਨਹੀਂ ਦੇਖ ਨੂੰ ਮਿਲਦੀ इजीली ਮੈਨੂੰ ਨਹੀਂ ਮਿਲੀ ਪਿਛਲੇ ਸਾਲਾਂ ਤੋਂ ਮੈਂ ਬਹੁਤ ਜਿਵੇਂ ਵੇਖ ਲਿਆ ਬੈਠ ਲਿਆ ਉੱਠ ਲਿਆ ਬਟ ਨਹੀਂ ਮਿਲਦੀ ਇੱਕ ਮੈਂ ਤੁਹਾਨੂੰ ਦੱਸਦੀ ਆ ਵੈਸੇ ਇਸ ਤੋਂ ਥੋੜਾ ਆਪੋਜ਼ਿਟ ਆਂਸਰ ਕਰ ਰਹੀ ਆ ਮੈਂ ਨਾ ਕੁਝ ਕੋ ਦੇਖੋ ਆਪਾਂ ਜਦੋਂ ਕੋਈ ਸੋਸ਼ਲ ਮੀਡੀਆ ਤੇ ਆਪਾਂ ਸਕਰੋਲ ਕਰਦੇ ਆ ਤੇ ਆਪਾਂ ਨੂੰ ਕੁਝ ਨਾ ਕੁਝ ਵੀਡੀਓਜ਼ ਆ ਜਾਂਦੀਆਂ ਸਾਹਮਣੇ ਮੈਂ ਨਾ ਕੁਝ ਵੀਡੀਓਜ਼ ਦੇਖ ਰਹੀ ਸੀ ਔਰ ਮੈਂ ਹੋਰ ਆਰਟਿਸਟਾਂ ਦੇ ਵੀਡੀਓਜ਼ ਦੇਖ ਰਹੀ ਆ ਵੈਰੀ ਵੈਲ ਨੋਨ ਆਰਟਿਸਟ ਹਨਾ ਐਂਡ ਮੈਂ ਦੇਖਿਆ ਕਿ ਕੁਝ ਨਾ ਲੋਗ ਬੜੇ ਹਾਰਸ਼ ਹੋ ਜਾਂਦੇ ਆ ਇਨ ਕਈ ਵਾਰੀ ਇੰਟਰਵਿਊਜ਼ ਦੇ ਦੌਰਾਨ ਬਹੁਤ ਹਾਰਸ਼ ਹੋ ਜਾਂਦੇ ਨੇ ਜਾਂ ਅਗਲਾ ਬਹੁਤ ਤੁਹਾਨੂੰ ਇੱਜ਼ਤ ਦੇ ਰਿਹਾ ਹੁੰਦਾ ਬਟ ਉਹ ਬਹੁਤ ਅੱਗੋ ਹਾਰਸ਼ ਐਕਸਪ੍ਰੈਸ਼ਨ ਔਰ ਉਹ ਚੀਜ਼ ਆ ਰਹੀ ਕਿ ਅਗਲਾ ਬੰਦਾ इजीली ਕੈਨ ਟੈਲ ਕਿ ਯਸ ਇਧਰੋਂ ਦੀ ਨਾ ਇਰਿਟੇਸ਼ਨ ਆ ਰਹੀ ਹੈ ਫਰਸਟ੍ਰੇਸ਼ਨ ਜੀ ਆ ਰਹੀ ਹੈ ਮੈਂ ਕਦੇ ਹਾਰਸ਼ ਨਹੀਂ ਹੋਈ ਕਿਸੇ ਦੇ ਨਾਲ ਵੀ ਔਰ ਮੈਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਕਿ ਮੈਂ ਹਰ ਇੱਕ ਨੂੰ ਇੱਜ਼ਤ ਦਵਾ ਔਰ ਮੈਂ ਸ਼ਾਇਦ ਕਦੇ ਪਹਿਲ ਨਹੀਂ ਕੀਤੀ ਹੋਣੀ ਕਿਸੇ ਦੇ ਨਾਲ ਵੀ ਆ ਕੋਈ ਵੀ ਨੈਗੇਟਿਵ ਗੱਲ ਕਰਨ ਦੀ ਆ ਕਦੇ ਕਦੇ ਪਹਿਲ ਨਹੀਂ ਕੀਤੀ ਬਟ ਮੇਰੀ ਪ੍ਰੋਬਲਮ ਔਰ ਅੱਛੀ ਗੱਲ ਹੈ ਕਈਆਂ ਨੂੰ ਪ੍ਰੋਬਲਮ ਲੱਗਦੀ ਹੈ ਬਟ ਮੈਨੂੰ ਉਹ ਮੇਰਾ ਪਲੱਸ ਪੁਆਇੰਟ ਲੱਗਦਾ ਕਿ ਜੋ ਇਨਸਾਨ ਦੁਨੀਆ ਤੇ ਆਇਆ ਔਰ ਉਹ ਗਲਤ ਹੁੰਦੇ ਦੇਖਦਾ ਰਹੇ ਤਾਂ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ ਮੋਸਟਲੀ ਲੋਕ ਇਹ ਚਾਹੁੰਦੇ ਨੇ कि ਤੁਹਾਨੂੰ ਅਗਰ ਕੋਈ ਬੁਰਾ ਵੀ ਬੋਲ ਜਾਏ ਜਾਂ ਚੰਗਾ ਵੀ ਬੋਲ ਜਾਏ ਇਨ ਬੋਥ ਟਰਮਸ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਐਕਸੈਪਟ ਇਟ ਖੁੱਲੀਆਂ ਬਾਹਾਂ ਦੇ ਨਾਲ ਵਿਚ ਇਜ਼ ਆਮ ਨਾਟ ਦੈਟ ਕਾਈਂਡ ਆਫ ਅ ਪਰਸਨ ਕਿ ਮੈਂ ਉਹਨੂੰ ਐਕਸੈਪਟ ਕਰ ਲਾਂ ਤੇ ਮੈਂ ਚੁੱਪ ਕਰਕੇ ਬਹਿ ਜੂੰਗੀ ਬਸ ਮੇਰੀ ਥੋੜੀ ਜੀ ਆ ਇਸ਼ੂਜ਼ ਰਹੇ ਨੇ ਔਰ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਨਾਲ ਤਾਂ ਮੇਰਾ ਕਿਸੇ ਨਾਲ ਵੀ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਇੰਡਸਟਰੀ ਦੇ ਲੋਕਾਂ ਕਰਕੇ ਮੈਂ ਸਾਈਡ ਬਾਈ ਥੋੜਾ ਜਿ ਰਹੀ ਹਾਂ ਨਹੀਂ ਮੈਂ ਸ਼ੁਰੂ ਤੋਂ ਹੀ ਐਵੇਂ ਸੀਗੀ ਮੇਰਾ ਸ਼ੁਰੂ ਤੋਂ ਦੋਸਤ ਹੀ ਘੱਟ ਸੀਗੇ ਸ਼ੁਰੂ ਤੋਂ ਹੀ ਮੇਰੇ ਮੇਰਾ ਫਰੈਂਡ ਸਰਕਲ ਜ਼ੀਰੋ ਹੈ ਮਤਲਬ 0 0 ਫਰੈਂਡ ਸਰਕਲ ਦੇ ਨਾਮ ਤੇ ਫਰੈਂਡਸ ਹੈ ਹੀ ਨਹੀਂ ਮੇਰੀ ਲਾਈਫ ਦੇ ਵਿੱਚ ਕਿਉਂ ਵੈਸੇ ਤੁਸੀਂ ਜ਼ਿੰਦਗੀ ਕਰੀ ਇਮੋਸ਼ਨਲੀ ਬ੍ਰੇਕਡਾਊਨ ਹੋਏ ਤਾਂ ਇਸ ਕਰਕੇ ਮੈਨੂੰ ਇੰਡਸਟਰੀ ਦੇ ਵਿੱਚ ਕੋਈ ਬਾਰਾ ਫਰਕ ਨਹੀਂ ਪੈਂਦਾ ਪਰ ਮੈਂ ਗੱਲ ਜ਼ਰੂਰ ਕਹਾਂਗੀ ਕਿ ਅਸੀਂ ਜਿੱਥੇ ਵੀ ਮਿਲਦੇ ਹਾਂ ਇੰਡਸਟਰੀ ਦਾ ਕੋਈ ਵੀ ਬੰਦਾ ਮੈਨੂੰ ਕਿਤੇ ਵੀ ਮਿਲ ਜੇ ਬਹੁਤ ਰਿਸਪੈਕਟਫੁਲੀ ਹੱਸ ਕੇ ਔਰ ਬਹੁਤ ਨਾਈਸਲੀ ਮਿਲਦੇ ਆ ਅੱਜ ਤੱਕ ਮੇਰੇ ਨਾਲ ਤੇ ਐਵੇਂ ਕਦੇ ਨਹੀਂ ਹੋਇਆ ਕਿ ਮੈਨੂੰ ਕਿਸੇ ਨੇ ਸਹੀ ਤਰੀਕੇ ਨਾਲ ਬੁਲਾਇਆ ਨਹੀਂ ਜਾਂ ਇਦਾਂ ਕੀਤਾ ਨੀਗਾ ਮੇਰਾ ਕਦੇ ਨਹੀਂ ਹੋਇਆ ਟੱਚ ਵਰਡ ਵੈਸੇ ਕਦੀ ਇਮੋਸ਼ਨਲੀ ਬ੍ਰੇਕਡਾਊਨ ਹੋਇਆ ਕਦੀ ਨਹੀਂ ਕੋਈ ਵੀ ਸਭ ਹੁੰਦੇ ਨੇ ਸਭ ਹੁੰਦੇ ਨੇ ਇਮੋਸ਼ਨਲੀ ਕਿਹੜਾ ਐਦਰ ਫੇਸ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਤੂੰ ਸ਼ੇਅਰ ਕਰ ਸਕਦਾ ਮਤਲਬ ਕੁੜੀਆਂ ਦਾ ਗੱਲ ਗੱਲ ਤੇ ਹੋ ਜਾਂਦੀਆਂ ਨੇ ਤੁਹਾਡੀ ਕੋਈ ਗੱਲ ਤੁਸੀਂ ਕਹਿ ਦਿਤੀ ਮੈਨੂੰ ਬੁਰੀ ਲੱਗ ਗਈ ਹਾਂ ਮੈਂ ਥੋੜੀ ਜਿਹੀ ਉਸ ਮਾਮਲੇ ਚ ਸਟਰੋਂਗ ਹੈਗੀ ਹਾਂ ਕਿ ਮੈਂ ਮੈਂ ਜਲਦੀ ਨਹੀਂ ਹੁੰਦੀ ਕਿਉਂਕਿ ਮੈਨੂੰ ਫਰਕ ਨਹੀਂ ਪੈਂਦਾ ਕਿਸੇ ਚੀਜ਼ ਨਾਲ ਇੰਨਾ ਜ਼ਿਆਦਾ ਬਟ ਕੋਈ ਨਾ ਕੋਈ ਲਾਈਫ ਦੇ ਵਿੱਚ ਤੁਹਾਡੇ ਇਸ ਤਰ੍ਹਾਂ ਦਾ ਫੇਸ ਆਉਂਦਾ ਜਦੋਂ ਤੁਸੀਂ ਬਹੁਤ ਲੋ ਫੀਲ ਕਰਦੇ ਹਾਂ ਉਹ ਹਰ ਇੱਕ ਦੀ ਜ਼ਿੰਦਗੀ ਚ ਆਉਂਦਾ ਹੈ ਮਤਲਬ ਮੈਂ ਇਸ ਚੀਜ਼ ਨੂੰ ਜਾਨਣਾ ਚਾਹਾਂਗਾ ਕਿ ਇਹ ਜਿਹੜੀ ਸਟਰੋਂਗਨੈਸ ਹੈਗੀ ਹੈ ਤੁਹਾਡੇ ਅੰਦਰ ਇਹ ਆਈ ਕਿਵੇਂ ਬਚਪਨ ਤੋਂ ਹੀ ਹੈ ਇਟਸ ਇਹ ਅੱਜ ਨਹੀਂ ਬਣਿਆ ਕਦੇ ਵੀ ਇਨਸਾਨ ਇੱਕ ਦਿਨ ਚ ਨਹੀਂ ਬਣਦਾ ਇੱਕ ਦਿਨ ਚ ਨਹੀਂ ਐਕਸਪੀਰੀਐਂਸਿਸ ਬਣਾਉ ਦਿੰਦੇ ਕਈਆਂ ਯੂ نو ਵਾਟ ਆ ਮੈਂ ਸ਼ਾਇਦ ਪਹਿਲੀ ਵਾਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਔਰ ਮੈਂ ਸਾਰੀ ਆਡੀਅנס ਦੇ ਨਾਲ ਸ਼ੇਅਰ ਕਰ ਰਹੀ ਹਾਂ ਵੈਨ ਆ ਵਾਸ ਅ ਕਿਡ ਆ ਵਾਸ ਵੈਰੀ ਸਟਰੋਂਗ ਮੈਂਟਲੀ ਬਹੁਤ ਸਟਰੋਂਗ ਪਰਸਨੈਲਿਟੀ ਸੀਗੀ ਮੈਨੂੰ ਪਤਾ ਸੀਗਾ ਕਿਉਂਕਿ ਮੈਨੂੰ ਮੈਂ ਜਦੋਂ ਸਕੂਲ ਚ ਸੀ ਤਾਂ ਮੇਰੇ ਜਿਹੜੇ ਟਰਸਟ ਦੇ ਲੋਕ ਸੀਗੇ ਸਕੂਲ ਦੇ ਉਹ ਮੇਰੇ ਫਾਦਰ ਨੂੰ ਕਹਿੰਦੇ ਹੁੰਦੇ ਸੀ ਕਿ ਆਪਕੀ ਲੜਕੀ ਬੜੀ ਸਟਰੋਂਗ ਹੈ ਮਤਲਬ ਇਥੋਂ ਯੂ نو ਕਿ ਕੁਝ ਡਿਫਰੈਂਟ ਹੈ ਇਸकी ਬੜੀ ਸਟਰੋਂਗ ਪਰਸਨੈਲਿਟੀ ਹੈ ਬੱਚੇ ਸੀਗੇ ਨਹੀਂ ਸਮਝ ਆਉਂਦਾ ਵੀ ਕਿਉਂ ਕਹਿ ਰਹੇ ਨੇ ਬਟ ਜਿਹੜਾ 파ਰਖੂ ਹੁੰਦਾ ਨਾ ਉਹ ਸਮਝ ਜਾਂਦਾ ਵੀ ਯਾਰ ਕਿੱਥੇ ਹੈ ਨਾ ਉਹ ਕਿਉਂ ਕੀ ਬੋਲ ਰਹੇ ਨੇ ਤੇ ਮੈਂ ਜਿਵੇਂ ਜਿਵੇਂ ਥੋੜੀ ਵੱਡੀ ਹੋਈ ਕੁੜੀਆਂ ਦੇ ਲਈ ਨਾ ਥੋੜਾ ਜਿਹਾ ਵੱਖਰਾ ਹੁੰਦਾ ਆ ਜਦੋਂ ਜਦੋਂ ਟੀਨੇਜ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਨੂੰ ਤੱਗੇ ਨਾਲ ਉਹਨਾਂ ਨੂੰ ਸੌਫਟ ਬਣਨ ਲਈ ਕਿਹਾ ਜਾਂਦਾ ਹੁਣ ਤੁਸੀਂ ਜ਼ਿਆਦਾ ਹੱਸਣਾ ਨਹੀਂਗਾ ਤੁਸੀਂ ਜ਼ਿਆਦਾ ਐ ਨਹੀਂ ਕਰਨਾ ਇੱਥੇ ਬਹਿਣਾ ਤਾਂ ਸੋਚ ਕੇ ਹਨਾ ਅਦਬ ਦੇ ਨਾਲ ਬੈਠਣਾ ਹੈ ਮਤਲਬ ਉਹਨਾਂ ਤੇ ਐਨੇ ਜ਼ਿਆਦਾ ਕੰਡੀਸ਼ਨਸ ਲਾ ਦਿੱਤੀਆਂ ਜਾਂਦੀਆਂ ਕਿ ਉਹਨਾਂ ਦਾ ਨਾ ਕਿਤੇ ਨਾ ਕਿਤੇ ਇਨਰ ਕੌਨਫੀਡੈਂਸ ਜਿਹੜਾ ਹੈਗਾ ਉਹ ਲੋ ਹੋ ਜਾਂਦਾ ਇੱਕ ਵਾਰੀ ਤਾਂ ਕ੍ਰੈਸ਼ ਹੁੰਦਾ ਹੀ ਹੁੰਦਾ ਲੋ ਨਹੀਂ ਮਤਲਬ ਤਾਂ ਜਿਹਾ ਹੀ ਉੱਡ ਜਾਂਦੇ ਹਨ ਇੱਕ ਵਾਰੀ ਤਾਂ ਬੱਚਾ ਨਾ ਕਨਫਿਊਜ਼ ਹੋ ਜਾਂਦਾ ਕੁੜੀਆਂ ਦੀ ਗੱਲ ਕਰ ਰਹੀਆਂ ਕਨਫਿਊਜ਼ ਹੋ ਜਾਂਦਾ ਕਿ ਮੈਂ ਹੁਣ ਫੁਲਾਣੀ ਸਿਚੁਏਸ਼ਨ ਚ ਕਿਵੇਂ ਰਿਐਕਟ ਕਰਨਾ ਹੈ ਮਤਲਬ ਉਹਨਾਂ ਚ ਇੰਨੀ ਕਨਫਿਊਜ਼ਨ ਆ ਜਾਂਦੀ ਹੈ ਇਸੇ ਕਰਕੇ ਸਾਡੀਆਂ ਕੁੜੀਆਂ ਦੇ ਵਿੱਚ ਸਾਡੇ ਸਮਾਜ ਦੀਆਂ ਕੁੜੀਆਂ ਦੇ ਵਿੱਚ ਡਿਸੀਜਨ 메ਕਿੰਗ ਦੀ ਜਿਹੜੀ ਕੈਪੇਬਿਲਿਟੀ ਆ ਬਹੁਤ ਘਟਾ ਹੈ ਬਿਕੋਜ਼ ਉਹਨਾਂ ਨੂੰ ਇੱਕ ਫੇਜ਼ ਦੇ ਵਿੱਚ ਆ ਕੇ ਜਦੋਂ ਉਹਨਾਂ ਦਾ ਗਰੋਇੰਗ ਫੇਜ਼ ਹੁੰਦਾ ਉਹਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਪ੍ਰੈਸ਼ਰ ਇੰਨਾ ਆ ਜਾਂਦਾ ਕਿ ਉਹ ਵਿਚਾਰੀਆਂ ਸਮਝ ਹੀ ਨਹੀਂ ਪਾਉਂਦੀਆਂ ਕਿ ਕੀ ਚੀਜ਼ ਠੀਕ ਹੈ ਕੀ ਗਲਤ ਹੈ ਕੌਨਫੀਡੈਂਸ ਆਪਣੇ ਤੇ ਹੀ ਨਹੀਂ ਬਣਾ ਪਾਉਂਦੀਆਂ ਔਰ ਜਦ ਤੱਕ ਉਹ ਬਣਾਉਂਦੀਆਂ ਨੇ ਜਦ ਤੱਕ ਉਹਨਾਂ ਨੂੰ ਸਮਝ ਆਉਂਦੀਆਂ ਉਹਨਾਂ ਨੂੰ ਅਗਲੇ ਘਰ ਤੋੜ ਦਿੱਤਾ ਜਾਂਦਾ ਉੱਥੇ ਜਾ ਕੇ ਫਿਰ ਉਹਨਾਂ ਦੇ ਹਿਸਾਬ ਨਾਲ ਜੀਓ ਪਹਿਲਾਂ ਪੇਰੈਂਟਸ ਦੇ ਹਿਸਾਬ ਨਾਲ ਜੀਓ ਫਿਰ ਇਨ-ਲਾਸ ਦੇ ਹਿਸਾਬ ਨਾਲ ਤਾਂ ਵਿਚਾਰੀਆਂ ਕਿਤੇ ਨਾ ਕਿਤੇ ਨਾ ਬਹੁਤ ਪੀਸੀਆਂ ਜਾਂਦੀਆਂ ਨੇ ਸੋ ਇਹ ਚੀਜ਼ ਮੈਂ ਮੈਂ ਖੁਦ ਉਸ ਫੇਜ਼ ਨੂੰ ਦੇਖਿਆ ਜਦੋਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਬਟ ਮੇਰੀ ਨਾ ਮੇਰੀ ਫੈਮਿਲੀ ਦੇ ਵਿੱਚ ਨਾ ਮੇਰੇ ਜਿਹੜਾ ਨਾਨਕਾ ਫੈਮਿਲੀ ਸੀ ਬੜੇ ਓਪਨ ਓਪਨ ਟਾਈਪ ਦੇ ਸੀਗੇ ਮਤਲਬ ਓਪਨ ਮਾਈਂਡਡ ਓਪਨ ਮਾਈਂਡਡ ਸੀਗੇ ਔਰ ਉਹ ਸਿੰਗਿੰਗ ਨੂੰ ਲੈ ਕੇ ਹਮੇਸ਼ਾ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਇੱਧਰ ਸਾਡੇ ਦਾਦ ਕਾ ਮਰੀ ਬਹੁਤ ਸ਼ਾਈ ਸੀ ਆਲਵੇਜ਼ ਬੜੇ ਸੰਗੂ ਟਾਈਪ ਦੇ ਹਨਾ ਤਾਂ ਮੇਰੇ ਅੰਦਰ ਉਹ ਕੰਬੀਨੇਸ਼ਨ ਹੈ ਕਿਤੇ ਨਾ ਕਿਤੇ ਅੰਦਰ ਯੂ نو ਇਟਸ ਇਨ ਯੂਰ ਬਲੱਡ ਯੈਸ ਉਹ ਇੱਕ ਕੰਬੀਨੇਸ਼ਨ ਹੈਗਾ ਕਿ ਇੱਕ ਟਾਈਮ ਮੈਂ ਬਹੁਤ ਸਟਰੋਂਗ ਆ ਬਟ ਇੱਕ ਟਾਈਮ ਮੈਂ ਬਹੁਤ ਸ਼ਾਈ ਵੀ ਆ ਕੁਝ ਚੀਜ਼ਾਂ ਨੂੰ ਲੈ ਕੇ ਮੈਂ ਬਹੁਤ ਸ਼ਾਈ ਆ ਮੈਂ ਬਹੁਤ ਮੈਨੂੰ ਮੈਂ ਪਹਿਲਾਂ ਸੀ ਫਿਰ ਸਾਡੀ ਜਿੱਦਾਂ ਜਿੱਦਾਂ ਅਸੀਂ ਇਸ ਕੰਮ ਦੇ ਵਿੱਚ ਆਉਂਦੇ ਆ ਇਸ profession ਨੇ ਸਾਨੂੰ ਔਰ ਮੇਰੇ ਨਾਲ ਤੇ ਪਾਸ ਵੀ ਹੋਇਆ ਜਿਵੇਂ ਜਿਸ ਤਰ੍ਹਾਂ ਦਾ ਯੂ نو ਚੀਜ਼ਾਂ ਹੋਈਆਂ ਆ ਆਟੋਮੈਟਿਕਲੀ ਤੁਹਾਨੂੰ ਲੋਕ ਸਟਰੋਂਗ ਬਣਾ ਦਿੰਦੇ ਨੇ ਮੈਂ ਇਹੀ ਜਨਮਣਾ ਚਾਹਾਂਗਾ ਜੀ ਤਾ ਆ ਸਟਰੋਂਗ ਮੈਂ ਸ਼ੁਰੂ ਤੋਂ ਹੀ ਸੀ ਬੜੀ ਬਹੁਤ ਮੇਰੀ ਮਤਲਬ ਚੀਜ਼ਾਂ ਉਹ ਸੈਂਡ ਦੀ ਹਿੰਮਤ ਸੈਂਸਿਟੀਵਿਟੀ ਤਾਂ ਬਹੁਤ ਜ਼ਿਆਦਾ ਸੀਗੀ ਐਂਡ ਇੱਕ ਪਰਸਨੈਲਿਟੀ ਹੁੰਦੀ ਹਰ ਇਨਸਾਨ ਦੀ ਮੇਰੇ ਅੰਦਰ ਇਹ ਸੀਗਾ ਕਿ ਆਈ ऍम ਡਿਫਰੈਂਟ ਹੂੰ ਦੇ ਵਾਂਤੋ ਕਿ ਮੈਂ ਆਮ ਕੁੜੀਆਂ ਵਰਗੀ ਕੁੜੀ ਨਹੀਂ ਹੈਗੀ ਮੇਰੇ ਅੰਦਰ ਕੁਝ ਡਿਫਰੈਂਟ ਹੈਗਾ ਰੱਬ ਨੇ ਮੈਨੂੰ ਜਿਸ ਦੁਨੀਆ ਤੇ ਭੇਜਿਆ ਸੋ ਆਈ ਵਾਂਟ ਟੂ ਡੂ ਸਮਥਿੰਗ ਯੂ ਨੋ ਸਪੈਸ਼ਲ ਤੇ ਆ ਚੀਜ਼ ਮੇਰਾ ਥਾਟ ਸੀਗਾ ਇੱਕ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਯੂਨੀਵਰਸ ਨੂੰ ਜੋ ਮੈਸੇਜ ਦਿੰਨੇ ਹੋ ਨਾ ਤੁਹਾਨੂੰ ਉਹ ਰਿਵਰਟ ਓਨ ਦਾ ਹੀ ਆਉਂਦਾ ਹੈ ਉਹ ਤੁਹਾਡੇ ਅੱਗੇ ਆਪਣੇ ਆਪ ਰਸਤੇ ਬਣਨੇ ਸ਼ੁਰੂ ਹੋ ਜਾਂਦੇ ਆ ਔਰ ਮੈਨੂੰ ਇੱਕ ਪਾਥ ਮਿਲਿਆ ਸੋਸ਼ਲ ਮੀਡੀਆ ਦੇ ਰਾਹੀਂ ਗੈਲੋ ਸਿੰਗਰ ਬਣ ਗਈ ਸੋਸ਼ਲ ਮੀਡੀਆ ਤੇ ਆ ਗਈ ਮੇਰੇ ਕੋਲ ਇੱਕ ਪਲੈਟਫਾਰਮ ਹੈਗਾ ਜਿੱਥੇ ਮੈਂ ਆਪਦੀ ਗੱਲ ਵੀ ਕਹਿ ਸਕਦੀ ਆ ਆਪਣੀ ਪਰਸਨੈਲਿਟੀ ਨੂੰ ਯੂ نو ਸ਼ੋ ਵੀ ਕਰ ਸਕਦੀ ਆ ਵਾਟ ਆਈ ਆਮ ਐਂਡ ਮੇਰੇ ਕੋਲ ਓਪਰਚ्युनिटी ਹੈਗੀ ਆ ਕਿ ਮੈਂ ਕਿਸੇ ਕਿਸੇ ਲਈ ਕੁਝ ਕਰਨਾ ਚਾਹਾਂ ਤੇ ਮੈਂ ਕਰ ਸਕਦੀ ਆ ਬਟੋ ਮੇਰੇ ਅੰਦਰ ਮੈਨੂੰ ਸੋਚਣਾ ਪੈਗਾ ਕਿ ਮੈਂ ਉਸ ਚੀਜ਼ ਨੂੰ ਕਿਵੇਂ ਪ੍ਰੈਕਟੀਕਲੀ ਕਰਨਾ ਹੈ ਉਹ ਮੇਰੇ ਮਾਈਂਡ ਚ ਬਹੁਤ ਸਾਰੀਆਂ ਚੀਜ਼ਾਂ ਨੇ ਫਿਊਚਰ ਚ ਮੈਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰੂੰਗੀ ਕਦੇ ਮੌਕਾ ਫਿਰ ਮਿਲੇਗਾ ਤੇ ਮੈਂ ਯੂ نو ਸੋਸਾਇਟੀ ਲਈ ਕੁਝ ਕਰਨਾ ਚਾਹੁੰਦੀ ਆ ਜਦੋਂ ਰੱਬ ਨੇ ਤੁਹਾਨੂੰ ਇੱਕ ਨਾਮ ਫੇਮ ਚਿਹਰਾ ਸਭ ਕੁਝ ਦਿੱਤਾ ਮਤਲਬ ਇਲੈਕਸ਼ਨ ਚ ਖੜਾ ਹੋਣਾ ਚਾਹੁੰਦੇ ਆ ਬਿਲਕੁਲ ਬਕਵਾਸ ਸੰਸਰ ਤੁਹਾਡਾ ਬਿਲਕੁਲ ਰੱਦੀ ਆਨਸਰ ਨਹੀਂ ਨਹੀਂ ਪਰ ਬਿਲਕੁਲ ਰੱਦੀ ਸਟੇਟਮੈਂਟ ਕਰ ਜਾਣਾ ਨਹੀਂ 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 ਬਿਲਕੁਲ ਇਤ ਸਿੱਤਾ ਜਖਣਾ ਜੱਗਿਆ ਉਡਾਤੀਆਂ ਦੁਨੀਆ ਬਦਲਦੀ ਜਜ਼ਬਾਤ ਬਦਲਦੀ ਹੈ ਜਜ਼ਬਾਤ ਹੀ ਬਦਲਦੀ ਹੈ ਆਪ ਨੇ ਤ ਤਹਿ ਨਹਿਦ ਕਰ ਲਿਆ ਨਹੀਂ ਆਈ ਵਾਂਟ ਟੂ ਡੂ ਸਮਥਿੰਗ ਫॉर ਸੋਸਾਇਟੀ ਮੇਰਾ ਚਲੋ ਮੈਂ ਦਾਸੀ ਦਿੰਨੀ ਆ ਮਤਲਬ ਮੇਰਾ ਡੌਗਸ ਦੇ ਨਾਲ ਬਹੁਤ ਪਿਆਰ ਹੈ ਸੋ ਮੈਂ ਉਹਨਾਂ ਲਈ ਇਹ ਮੇਰਾ ਬਚਪਨ ਦਾ ਸੁਪਨਾ ਹੈ ਮਤਲਬ ਇਹ ਹੋਣ ਨਹੀਂ ਆ ਬਚਪਨ ਤੋਂ ਹਾਂ ਸਾਡੇ ਨਾਲ ਤਾਂ ਹੀ ਇੱਕ ਡੌਗ ਆ ਗਿਆ ਸੀਗਾ ਜਿੱਦਾਂ ਸੜਕ ਤੇ ਪੈਸੀ ਮੇਰੇ ਬ੍ਰਦਰ ਉਹਨੂੰ ਚੱਕ ਕੇ ਲਿਆਇਆ ਹਾਂ ਉਹਨੂੰ ਹੋਇਆ ਸੀ ਪੈਰਾਲਾਈਜ਼ ਓਕੇ ਪਿਛਲੀਆਂ ਲੱਤਾਂ ਦੇ ਵਿੱਚ ਹਨਾ ਤੇ ਅਸੀਂ ਉਹਨੂੰ ਘਰੇ ਲਿਆਏ ਠੰਡ ਦਾ ਟਾਈਮ ਸੀਗਾ ਔਰ ਉਹ ਪਾਣੀ ਦੇ ਵਿੱਚ ਜਰਾ ਖੱਡੇ ਦੇ ਵਿੱਚ ਨਾ ਡਿੱਗਿਆ ਹੋਇਆ ਸੀ ਟੋਏ ਦੇ ਵਿੱਚ ਤੇ ਭਿੱਜਿਆ ਹੋਇਆ ਠੰਡ ਲੱਗ ਰਹੀ ਉਹਨੂੰ ਅਸੀਂ ਪਹਿਲਾਂ ਘਰੇ ਲਿਆਏ ਸਾਡੇ ਘਰੇ ਆਪਣੇ ਡੌਗ ਸੀਗਾ ਉਸ ਵੇਲੇ ਜਰਮਨ ਸ਼ੈਫਰਡ ਹੁੰਦਾ ਸੀਗਾ ਸਾਡੇ ਕੋਲ ਤਾਂ ਅਸੀਂ ਘਰੇ ਰੱਖ ਨਹੀਂ ਸਕਦੇ ਸੀ ਤਾਂ ਸਾਡੇ ਸਾਹਮਣੇ ਨੇ ਖਾਲੀ ਰੂਮ ਹੁੰਦਾ ਸੀਗਾ ਖਾਲੀ ਕਮਰੇ ਜਿੱਦਾਂ ਟੁੱਟੇ ਹੋਏ ਸੀਗੇ ਤੇ ਅਸੀਂ ਉਹਦੇ ਵਿੱਚ ਰੱਖ ਦਿੱਤਾ ਉਹ ਫਿਰ ਪਾਣੀ ਚਾ ਕੇ ਡਿੱਗ ਜਾ ਕਰੇ ਕਿਉਂਕਿ ਉਹਨੂੰ ਚਾਹੀਦਾ ਸੀ ਕਿ ਮੇਰੇ ਆਲੇ-ਦੁਆਲੇ ਲੋਕ ਹੋਣ ਅਟੈਂਸ਼ਨ ਪਾਲ ਰਿਆ ਸੀ ਉਹ ਉਹ ਫਿਰ ਸਾਡੇ ਵੱਲ ਮੁ ਆ ਜਾ ਕਰੇ ਫਿਰ ਅਸੀਂ ਉਹ ਸਾਡੇ ਘਰ ਦੇ ਬਾਹਰ ਹੀ ਨਾ ਅਸੀਂ ਉਹਦੇ ਲਈ ਘਰ ਬਣਾਇਆ ਜਿਹਦੇ ਵਿੱਚ ਰਾਤ ਨੂੰ ਠੰਡ ਨਾ ਲੱਗੇ ਉਹਨੂੰ ਫਿਰ ਉਹਦੀ ਯੂ نو ਦੀ ਸੇਵਾ ਕੀਤੀ ਉਹਨੂੰ ਖਾਣਾ ਪਾਣੀ ਐਕਸਰਸਾਈਜ਼ ਇਵਨ ਜਦੋਂ ਉਹਦਾ ਉਹਨੇ ਕੁਝ ਆਪਣੀ ਕ੍ਰਿਆ ਵੀ ਕਰਨੀ ਹੁੰਦੀ ਸੀ ਤਾਂ ਅਸੀਂ ਉਹਨੂੰ ਯੂ ਨੋ ਚੁੰਨੀ ਪਾ ਕੇ ਤੇ ਫਿਰ ਉਹਨੂੰ ਲੈ ਕੇ ਜਾਣਾ ਪ੍ਰੋਪਰ ਟੇਕਅਰ ਕਰਦੇ ਸੀ ਸਿਪੋਰਟੀ ਹੋਣੀ ਕਰਨਾ ਮਤਲਬ ਅਸੀਂ ਪੂਰਾ ਧਿਆਨ ਰੱਖਿਆ ਉਹਨੂੰ ਚਲਦਾ ਕਰ ਦਿੱਤਾ ਵਾਹ ਤੇ ਮਤਲਬ ਉਸ ਟਾਈਮ ਇੰਨੀ ਖੁਸ਼ੀ ਹੋਈ ਕਿ ਯਾਰ ਕਿਸੇ ਨੂੰ ਲਾਈਫ ਦਿੱਤੀ ਹੈ ਹਨਾ ਇੱਕ ਇੱਕ ਜੀ ਨੂੰ ਜੇ ਲਾਈਫ ਦਿੱਤੀ ਹੈ ਤਾਂ ਮੇਰੇ ਉਧੋ ਦਾ ਮਾਈਂਡ ਚ ਸੀਗਾ ਕਿ ਮੈਂ ਜਦੋਂ ਜ਼ਿੰਦਗੀ ਚ ਮੇਰੇ ਕੋਲ ਇੰਨਾ ਕਹਿਣਾ ਪੈਸਾ ਆ ਗਿਆ ਮੈਂ ਕੁਝ ਡੌਗਸ ਲਈ ਨਾ ਕੁਝ ਕਰਾਂਗੇ ਚਾਹੇ ਉਹ ਸ਼ੈਲਟਰ ਹੋਵੇ ਚਾਹੇ ਉਹ ਯੂ ਨੋ ਕੋਈ ਹਸਪੀਟਲ ਹੋਵੇ ਸੋ ਮੈਂ ਉਹ ਚੀਜ਼ ਕਰਨਾ ਚਾਹੁੰਨੀ ਆ ਕਿਉਂਕਿ ਤੁਹਾਡੇ ਮੇਰੇ ਵਰਗਾ ਇਨਸਾਨ ਤਾਂ ਬੋਲ ਕੇ ਦੱਸ ਦੂਗਾ ਮੈਨੂੰ ਆਹ ਪ੍ਰੋਬਲਮ ਹੈ ਇਹ ਬੇਜ਼ੁਬਾਨ ਕੁਝ ਨਹੀਂ ਦੱਸ ਸਕਦੇ ਸੋ ਆਈ ਵਾਂਟ ਟੂ ਡੂ ਸਮਥਿੰਗ ਫਾਰ ਥੈਮ ਐਂਡ ਰੁਪਿੰਦਰ ਇੰਡਸਟਰੀ ਦੇ ਕਰੀ ਐਕਟਿੰਗ ਵਾਸਤੇ ਅਪਰੋਚ ਬਹੁਤ ਬਹੁਤ ਹਾਂ ਜੀ ਰਿਜੈਕਟ ਕਿਉਂ ਕੀਤੀ ਮੰਨੀ ਸੀਗਾ ਕੁਰੀ ਆਈ ਡੋਨਟ ਮੈਨੂਅਲ ਲੱਗਦਾ ਆਈ ਮੈਂਟ ਫੋਰ ਸਿੰਗਿੰਗ ਠੀਕ ਹੈ ਮੈਂ ਮੈਨੂੰ ਇਹੀ ਮੇਰੇ ਸਭ ਤੋਂ ਨੇੜੇ ਆ ਇੱਕ ਟਾਈਮ ਐਦਾਂ ਦਾ ਆਇਆ ਸੀਗਾ ਕਿ ਮੈਂ ਸਿੰਗਿੰਗ ਨਹੀਂ ਕਰਨਾ ਚਾਹੁੰਦੀ ਸੀ ਐਂਡ ਮੈਂ ਮਨ ਬਣਾ ਲਿਆ ਸੀ ਮੈਂ ਸਿੰਗਿੰਗ ਨਹੀਂ ਕਰਨੀ ਮੈਂ ਇੰਜੋਏ ਨਹੀਂ ਕਰ ਰਹੀ ਸੀ ਇਸ ਚੀਜ਼ ਨੂੰ 뮤직 ਨੂੰ ਆਫਟਰ ਬਹੁਤ ਸਾਰੇ ਰੀਜ਼ਨ ਨੇ ਆਫਟਰ ਵਾਟ ਆਫਟਰ ਡਿਊਰਿੰਗ ਲਾਈਕ ਆਨ ਮਾਈ ਪੀਕ ਐਟ ਦੈਟ ਟਾਈਮ ਕੁਝ ਕੁਝ ਕਿਸਾਲ ਪਹਿਲਾਂ ਦੀ ਗੱਲ ਹੀ ਆ ਓਕੇ ਆਈ ਵਾਸ ਡੂਇੰਗ ਵਰਲਡ ਟੂਰ ਤੇ ਉਸ ਦੌਰਾਨ ਹੀ ਮੈਨੂੰ ਐਦਾਂ ਹੋਇਆ ਕਿ ਯਾਰ ਮੈਂ ਕਰਨਾ ਨਹੀਂਗਾ ਆਈ ਡੋਨਟ ਆਮ ਨਾਟ ਇੰਜੋਇੰਗ ਦਿਸ ਤੇ ਉਸ ਤੋਂ ਬਾਅਦ ਵੀ ਕਿੰਨੇ ਹੀ ਸਾਲ ਨਿਕਲ ਗਏ ਕਿੰਨੇ ਹੀ ਸਾਲ ਨਿਕਲ ਗਏ ਔਰ ਦੈਨ ਆਈ ਰਿਅਲਾਈਜ਼ ਲਾਸਟ ਈਅਰ ਕਿ ਯਾਰ ਕੀ ਕਰ ਰਹੀ ਹੈ ਰੱਬ ਨੇ ਤੈਨੂੰ ਗੁਣ ਦਿੱਤਾ ਹੈ ਔਰ ਲੋਕ ਤਾਂ ਤਰਸਦੇ ਨੇ ਮੈਨੂੰ ਮੈਂ ਜਦੋਂ ਦੇਖਦੀ ਸੀ ਨਾ ਮੈਨੂੰ ਮੈਸੇਜ ਆਉਂਦੇ ਸੀਗੇ ਲੋਕਾਂ ਦੇ ਜਾਂ ਕਿਤੇ ਕੋਈ ਮਿਲਦਾ ਸੀ ਮੈਮ ਅਸੀਂ ਕੀ ਕਰ ਸਕਦੇ ਆ ਸਾਨੂੰ ਦੱਸੋ ਅਸੀਂ ਕੀ ਸਿੰਗਿੰਗ ਦੇ ਵਿੱਚ ਅਸੀਂ ਵੀ ਤੁਹਾਡੇ ਤਰ੍ਹਾਂ ਸਿੰਗਰ ਬਣਨਾ ਚਾਹੁੰਦੇ ਆ ਮੈਂ ਕਿਹਾ ਯਾਰ ਉਹਨਾਂ ਵੱਲ ਦੇਖੋ ਅਸੀਂ ਵੀ ਉਹੀ ਲੋਕ ਆ ਜਿਹੜੇ ਅਸੀਂ ਕੰਪੀਟੀਸ਼ਨ ਦੇ ਵਿੱਚ ਲਾਈਨਾਂ 'ਚ ਲੱਗ ਕੇ ਆਡੀਸ਼ਨਸ ਦਿੱਤੇ ਸੀਗੇ ਆਡੀਸ਼ਨ ਦੇ ਕੇ ਅਸੀਂ ਇੱਥੇ ਪਹੁੰਚੇ ਅੱਜ ਐਂ ਤੂੰ ਉਹਨੂੰ ਐਂ ਛੱਡ ਰਹੀ ਆ ਯੈਸ ਹਨਾ ਉਹ ਉਹ ਦਿਨ ਮੈਨੂੰ ਰਿਅਲਾਈਜ਼ ਹੋਇਆ ਕਿ ਯਾਰ ਮੈਂ ਗਲਤ ਕਰ ਰਹੀ ਆ ਇਸ ਚੀਜ਼ ਦੇ ਵਿੱਚ ਔਰ ਮੈਂ then ਮੈਨੂੰ ਥੋੜਾ ਜਿਹਾ ਪੁਸ਼ ਕਰਨ ਤੇ ਆਪਣੇ ਆਪ ਨੂੰ ਟਾਈਮ ਲੱਗਿਆ ਥੋੜੀ ਰਿਕਵਰੀ ਹੋਈ ਆਫਟਰ ਸਰਜਰੀ ਐਂਡ then ਇੱਕ ਨਿਊ ਲਾਈਫ ਮੈਨੂੰ ਮਿਲੀ ਆਫਟਰ ਸਰਜਰੀ ਉਸ ਟਾਈਮ ਵੀ ਕੱਲੀ ਸੀ ਕਿ ਕੱਲੀ ਫੇਸ ਕਰ ਰਹੀ ਸੀ ਹਰ ਇਨਸਾਨ ਕੱਲਾਈ ਫੇਸ ਕਰਦਾ ਹੈ ਮਤਲਬ ਕਈ ਵਾਰ ਐਦਾਂ ਹੁੰਦਾ ਹੈ ਕਿ ਸਾਡੇ ਕੋਲੇ ਕੁਝ ਸਪੋਰਟ ਦੋਸਤਾਂ ਦੀ ਫੈਮਿਲੀ ਤੋਂ ਇਲਾਵਾ ਐਦਾਂ ਹੁੰਦੀ ਹੈ ਵੀ ਚਲੋ ਜਿਹੜੀ ਜ਼ਿੰਦਗੀ ਹੈ ਹਾਂ ਮੈਂ ਐਦਾਂ ਦੇ ਇਨਸਾਨ ਹ ਮੇਰੇ ਨਾਲ ਕੋਈ ਵੀ ਨਹੀਂ ਖੜਾ ਹੋਏਗਾ ਨਾ ਮੈਂ ਤਾਂ ਵੀ ਸਰਵਾਈਵ ਕਰ ਜੂਗੀ ਮੈਂ ਇੰਨੀ ਇੰਟਰਨਲੀ ਮੈਂਨੀ ਸਟਰੋਂਗ ਹੋ ਗਈ ਆ ਤੇ ਹੈਗੀ ਵੀ ਸੀ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਮੈਨੂੰ ਇਹ ਪੁੱਛੋ ਕਿ ਰਪਿੰਦਰ ਤੇਰੇ ਆਲੇ ਦੁਆਲੇ ਕੋਈ ਵੀ ਨਾ ਹੋਵੇ ਦੈਨ ਯੂ ਕੈਨ ਸਰਵਾਈਵ ਐਸ ਆਈ ਕੈਨ ਮਤਲਬ ਇਹ ਹਾਰਿਕ ਦੇ ਵਿੱਚ ਹੋਣਾ ਚਾਹੀਦਾ ਹੈ ਸਪੋਰਟ ਸਿਸਟਮ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਪੋਰਟ ਸਿਸਟਮ ਪਹਾਲਣਾ ਸ਼ੁਰੂ ਕਰ ਦਿੰਨੇ ਆ ਉਹ ਸਾਡਾ ਡਾਊਨਫਾਲ ਸ਼ੁਰੂ ਹੋ ਜਾਂਦਾ ਉਸ ਦਿਨ ਤੋਂ ਹੂੰ ਤੋ ਸਭ ਤੋਂ ਵੱਡਾ ਸਪੋਰਟ ਸਿਸਟਮ ਤਾਂ ਤੁਹਾਡੇ ਅੰਦਰ ਹੀ ਹੈ ਉਹ ਰੱਬ ਹੈ ਉਹ ਤੁਹਾਡੇ ਅੰਦਰ ਹੀ ਹੈ ਮੈਨੂੰ ਤੁਹਾਡੇ ਕੋਲ ਬੈ ਕੇ ਇੱਕ ਫੀਲਿੰਗ ਆ ਰਹੀ ਆ ਮੈਨੂੰ ਓਨੈਸਟ ਜਵਾਬ ਦਿਓ ਮੈਂ ਮਿਲਿਆ ਤਾਂ ਨਹੀਂ ਵੈਸੇ ਸਿੱਧੂ ਨੂੰ ਉਸ ਮੈਂਟੈਲਿਟੀ ਨੂੰ ਮਾਈਂਡਸੈਟ ਨੂੰ ਮਿਸ ਕਰਦੇ ਹਾਂ ਬਿਕੋਜ਼ ਮੈਨੂੰ ਐ ਲੱਗਦਾ ਵੀ ਖਰੇ ਹੋਣਾ ਜਿੱਦਾਂ ਮੈਨੂੰ ਫੀਲ ਆ ਰਿਹਾ ਕਿ ਤੁਸੀਂ ਬਿਲਕੁਲ ਕਲੀਅਰ ਹੋ ਕਲੀਅਰ ਤੇ ਕਟ ਹੋ ਤੁਸੀਂ ਕਿਤੇ ਗੱਲ ਨੂੰ ਕਮਾਇਆ ਨਹੀਂ ਕੋਈ ਕੁਝ ਨਹੀਂ ਕੀਤਾ ਸਿੱਧੀ ਸ਼ਬਦਾਵਲੀ ਚ ਇਹ ਹੈ ਡੈਫੀਨਿਟਲੀ ਆਈ ਥਿੰਕ ਹਰ ਬੰਦਾ ਉਹਨੂੰ ਮਿਸ ਕਰਦਾ ਹੈ ਕਿ ਇਹ ਮਾਈਂਡਸੈਟਸ ਨੂੰ ਬਿਕੋਜ਼ ਅਗਰ ਸਿੱਧੂ ਅੱਜ ਹੁੰਦਾ ਤੇ ਸਾਡੀ ਇੰਡਸਟਰੀ ਪਤਾ ਨਹੀਂ ਕਿੱਥੇ ਹੋਣੀ ਸੀਗੀ ਮਤਲਬ ਉਹ ਸਾਡੇ ਲਈ ਸਾਡੀ ਇੰਡਸਟਰੀ ਲਈ ਇੱਕ ਵਰਦਾਨ ਸੀਗਾ ਠੀਕ ਹੈ ਗਾਣੇ ਹਰ ਇੱਕ opinion ਅਲੱਗ-ਅਲੱਗ ਹੁੰਦੇ ਆ ਲੋਕਾਂ ਦੇ ਹਨਾ ਕਿ ਉਹਨੇ ਐਦਾਂ ਦੇ ਗਾਣੇ ਗਾਏ ਉਹਨੇ ਉਦਾਂ ਦੇ ਗਾਣੇ ਗਾਏ ਹੀ ਇਸ ਉਹ ਇਦਾਂ ਦਾ ਹੀ ਸੀਗਾ ਠੀਕ ਹੈ ਉਹ ਵੋਕਲ ਸੀਗਾ ਹੋ ਠੀਕ ਹੈ ਬਟ ਤੁਸੀਂ ਇਹ ਦੇਖੋ ਕਿ ਉਹਨੇ ਪੰਜਾਬੀ 뮤직 ਨੂੰ ਕਿਹੜੇ ਸਿਖਰਾਂ ਤੇ ਪਹੁੰਚਾਤਾ ਸੀਗਾ ਯੈਸ ਅੱਜ ਪੰਜਾਬੀ ਪੰਜਾਬੀ ਚਲੋ ਮਿਊਜ਼ਿਕ ਦੇ ਵਿੱਚ ਹੈਗੀ ਗੱਲਬਾਤ ਬਟ ਜਿਸ ਜਿਸ ਲੈਵਲ ਤੇ ਅੱਜ ਹੈ ਨਾ ਪੰਜਾਬੀ ਮਿਊਜ਼ਿਕ ਮੈਨੂੰ ਲੱਗਦਾ ਕਿ ਸਦੀਆਂ ਵੀ ਲੱਗ ਜਾਂਦੀਆਂ ਤੇ ਉੱਥੇ ਨਹੀਂ ਪਹੁੰਚਦਾ ਸੀਗਾ ਐਂਡ ਇਟਸ ਓਨਲੀ ਬਿਕਾਜ਼ ਆਫ ਹਿਮ ਓਨੇ ਜਦੋਂ ਇਹ ਚੀਜ਼ ਨੂੰ ਕ੍ਰੀਏਟ ਕੀਤਾ ਬਹੁਤ ਮੈਂ ਇਸ ਗੀਸ ਇਸ ਤੇ ਵਿਸ਼ਵਾਸ ਕਰ ਸਕਦਾ ਬਿਕਾਜ਼ ਤੁਸੀਂ ਪੂਰੀ ਇੰਡਸਟਰੀ ਦੇਖੀ ਆ ਤੁਸੀਂ ਬਣਦੀ ਦੇਖੀ ਆ ਉਗਰੀ ਦੇਖੀ ਆ ਕਲਾਸ ਆਰਟਿਸਟ ਦੀ ਵੈਲਿਊ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਆਰਟਿਸਟ ਮੰਗਦਾ ਸੀਗਾ ਹਾਂਜੀ ਮੈਂ ਤਾਂ ਜੀ 7 ਸਵਾ ਕਰੋੜ ਤੋਂ 1.5 ਕਰੋੜ ਰੁਪਈਆ ਲੈਣਾ ਇੱਕ ਸ਼ੋਅ ਦਾ ਦੱਸੋ ਮੈਨੂੰ ਇਹ ਸੀਗਾ ਕਦੇ ਵੀ ਨਹੀਂ ਸੀਗਾ ਉਹ ਕੁਆਲਿਟੀ ਦਿੱਤੀ ਗਈ ਆ ਉਹ ਉਹ ਆਰਟਿਸਟ ਦੀ ਵੈਲਿਊ ਕ੍ਰੀਏਟ ਕੀਤੀ ਗਈ ਆ ਆਈ ਥਿੰਕ ਅੱਜ ਤੋਂ 15 ਸਾਲ ਪਹਿਲਾਂ ਤਾਂ ਐਦਾਂ ਹੁੰਦਾ ਸੀਗਾ 15 ਤੋਂ 20 ਸਾਲ ਜਦੋਂ ਮੈਂ ਹਲੇ ਸ਼ੁਰੂ ਵੀ ਨਹੀਂ ਕੀਤਾ ਸੀਗਾ ਮੈਂ ਸੁਣਦੀ ਹੁੰਦੀ ਸੀਗੀ ਕਿ ਸਾਡੇ ਆਰਟਿਸਟ ਸੀਗੇ ਉਹਨਾਂ ਦੀ ਜਿਹੜੀ ਐਲਬਮ ਸਿਗੀਆਂ ਉਹ ਕਰੋੜ ਕਰੋੜ ਦੇ ਵਿੱਚ ਸੇਲ ਹੁੰਦੀਆਂ ਸਿਗੀਆਂ ਔਨ ਪੇਪਰ ਇੱਕ ਐਲਬਮ 7-8 ਗਾਣਿਆਂ ਦੀ ਐਲਬਮ 1 ਕਰੋੜ 1.5 ਕਰੋੜ ਦੇ ਵਿੱਚ ਡੀਲ ਹੁੰਦੀ ਸੀਗੀ ਉਸ ਤੋਂ ਬਾਅਦ ਡਾਊਨਫਾਲ ਆਇਆ ਸਾਡੀ ਇੰਡਸਟਰੀ ਦਾ ਠੀਕ ਹੈ ਉਹ ਫਿਰ ਬਲਕ ਵਿੱਚ ਕੰਮ ਬਲਕ ਵਿੱਚ ਕੰਮ ਮੈਂ ਕਿਸਦੇ ਨਾਮ ਨਹੀਂ ਲਵਾਂਗੀ ਬਟ ਬਹੁਤ ਬਲਕ ਵਿੱਚ ਕੰਮ ਕੀਤੇ ਗਏ ਔਰ ਉਸ ਚੀਜ਼ ਨੇ ਕਿਤੇ ਨਾ ਕਿਤੇ ਕੁਆਲਿਟੀ ਨੂੰ ਬਹੁਤ ਲੂਜ਼ ਕਰ ਦਿੱਤਾ ਸਰ ਕੁਆਂਟੀਟੀ ਤੇ ਧਿਆਨ ਦਿੱਤਾ ਗਿਆ ਕੁਆਲਿਟੀ ਬਿਲਕੁਲ ਸਰਵ ਨਹੀਂ ਕੀਤੀ ਗਈ ਉਸ ਟਾਈਮ ਦੇ ਵਿੱਚ ਔਰ ਅੱਜ ਦੇ ਟਾਈਮ 'ਚ ਤੁਸੀਂ ਇਹ ਦੇਖੋ ਆਰਟਿਸਟ ਅੱਜ ਕਿੱਥੇ-ਕਿੱਥੇ ਜਾ ਕੇ ਬੈਠੇ ਨੇ ਸਾਡੇ ਇੰਡਸਟਰੀ ਦੇ ਵਿੱਚ ਹੋਰ ਵੀ ਆਰਟਿਸਟ ਨੇ ਜਿਹੜੇ ਮਤਲਬ ਉਸ ਲੈਵਲ ਤੇ ਉਹ ਹਾਲੀਵੁੱਡ ਦੇ ਵਿੱਚ ਜਾ ਕੇ ਯੂ ਨੋ ਅਵਾਰਡਸ ਲੈ ਰਹੇ ਨੇ ਸਭ ਕੁਝ ਕਰ ਰਹੇ ਨੇ ਸ਼ੁਰੂ ਕਿੱਥੋਂ ਹੋਇਆ ਸਭ ਕੁਝ ਲਾਈਕ ਦਿਲਜੀਤ ਯਾ ਦਿਲਜੀਤ ਹੋਰ ਬਹੁਤ ਆਰਟਿਸਟ ਨੇ ਮਤਲਬ ਉਹ ਕਿੱਥੋਂ ਲੈਗੇਸੀ ਕਿੱਥੋਂ ਬਣੀ ਆ ਸਿੱਧੂ ਦਾ ਹੀ ਸਟਾਰਟਡ ਦਾ ਤੇ ਅਸੀਂ ਤਾਂ ਬਹੁਤ ਗ੍ਰੇਟਫੁਲ ਹਾਂ ਸਿੱਧੂ ਲਈ ਕਿ ਉਹ ਇੰਨਾ ਕੁਝ ਇੰਨੇ ਛੋਟੇ ਟਾਈਮ ਪੀਰੀਅਡ ਚ ਇੰਨਾ ਕੁਝ ਦੇ ਗਿਆ ਇੰਡਸਟਰੀ ਨੂੰ ਇੰਨਾ ਕੁਝ ਲੋਕਾਂ ਨੂੰ ਦੇ ਗਿਆ ਉਹ ਪਿਆਰ ਜਿਹੜਾ ਉਹਨੇ 4-5 ਸਾਲਾਂ ਦੇ ਵਿੱਚ ਇਕੱਠਾ ਕੀਤਾ ਮੈਨੂੰ ਲੱਗਦਾ ਇੱਥੇ ਅੱਡੀਆਂ ਕਿਸ ਜਾਂਦੀਆਂ ਨੇ ਫਿਰ ਵੀ ਨਹੀਂ ਕੋਈ ਇਸ ਤਰ੍ਹਾਂ ਦਾ ਇਮੇਜ ਹੋਰ ਇਸ ਤਰ੍ਹਾਂ ਦਾ ਪਿਆਰ ਲੈ ਕੇ ਜਾ ਸਕਦਾ ਤੁਸੀਂ ਐਲਬਮ ਦੀ ਗੱਲ ਕਰ ਰਹੇ ਹੋ ਅੱਜ ਗਾਣਾ 2.5 ਕਰੋੜ ਦਾ ਵਿਕਦਾ ਇੱਕ ਸਿੰਗਲ 2-2 ਕਰੋੜ ਦਾ ਵਿਕਦਾ ਹੋ ਰਿਹਾ ਹੈ ਮਤਲਬ ਇਹ ਹੋ ਰਿਹਾ ਹੈ ਜੋ ਕਰ ਗਿਆ ਉਹ ਇੱਕ ਇੱਕ ਕਹਿੰਦੇ ਆ ਨਾ ਕਿ ਵਾਵਰੋਲਾ ਹੀ ਆਇਆ ਸੀਗਾ ਬਸ ਪਰ ਸਾਨੂੰ ਬੜੀ ਜ਼ਰੂਰਤ ਸੀਗੀ ਉਹਦੀ ਅੱਜ ਫੈਮਿਲੀ ਕਿਹੜੀ ਤੁਹਾਡੇ ਪੇਰੈਂਟਸ ਤੁਹਾਨੂੰ ਕਿਹੜੀ ਚ ਸਮਝਾਉਂਦੇ ਆ ਬਿਕੋਜ਼ ਤੁਸੀਂ ਜਿਵੇਂ ਦੇ ਹੈਗੇ ਹੋ ਫੈਮਿਲੀ ਕਿਵੇਂ ਤੁਹਾਨੂੰ ਕੋਈ ਐਡਵਾਈਸ ਕੁਝ ਟ੍ਰੀਟ ਕਿਵੇਂ ਕਰਦੇ ਮੈਂ ਸੋਚਣਾ ਇਹ ਜਾਨਣਾ ਚਾਹਾਂਗਾ ਕੁਝ ਮੈਨੂੰ ਗੱਲਾਂ ਦੱਸੋ ਦਿਲ ਦੀਆਂ ਟ੍ਰੀਟ ਕੀ ਕਰਦੇ ਆ ਟ੍ਰੀਟ ਸਾਡੀ ਫੈਮਿਲੀ ਐਦਾਂ ਦੀ ਹੈ ਕਿ ਬਾ ਸਾਡੀ ਫੈਮਲੀ ਕੋਈ ਫੈਂਸੀ ਨਹੀਂ ਹੈਗੀ ਹਾਂ ਬੜੀ ਸਿੰਪਲ ਦੇਸੀ ਫੈਮਲੀ ਹੈ ਤੇ ਮੇਰੀ ਫੈਮਲੀ ਦੇ ਵਿੱਚ ਸਾਨੂੰ ਕਦੇ ਸਪੈਸ਼ਲ ਟ੍ਰੀਟਮੈਂਟ ਕਦੇ ਵੀ ਨਹੀਂ ਮਿਲਿਆ ਕਿਸੇ ਨੂੰ ਵੀ ਤੇ ਅਸੀਂ ਸ਼ੁਰੂ ਤੋਂ ਹੀ ਮਤਲਬ ਹੁੰਦਾ ਨਾ ਕਿ ਹਟ ਪਾਸੇ ਹੋ ਅਸੀਂ ਉਹ ਵਾਲੇ ਬੱਚੇ ਆ ਤੇ ਇਸ ਕਰਕੇ ਸ਼ਾਇਦ ਅਸੀਂ ਪੈਂਪਰਡ ਚਾਈਲਡ ਨਹੀਂ ਰਹੇ ਆ ਬਚਪਨ ਤੋਂ ਹੀ ਅਸੀਂ ਪੈਂਪਰ ਨਹੀਂ ਹੋਏ ਬਹੁਤੇ ਜ਼ਿਆਦਾ ਨਾ ਸਾਨੂੰ ਕਦੇ ਕੀਤਾ ਗਿਆ ਮੈਂ ਦੇਖਦੀ ਹੁੰਨੀ ਆ ਮਤਲਬ ਬਹੁਤ ਲੋਕਾਂ ਦੀ ਫੈਮਲੀਜ਼ ਮੈਂ ਦੇਖਦੀ ਹੁੰਨੀ ਆ ਬੜੇ ਹੀ ਪਿਆਰ ਨਾਲ ਤੇ ਬੜੇ ਪੁਚਕਾਰ ਪੁਚਕਾਰ ਕੇ ਬੱਚਿਆਂ ਨੂੰ ਬੁਲਾਇਆ ਜਾਂਦਾ ਇਹ ਸਾਡੇ ਹੈ ਨਹੀਂ ਸੀ ਸ਼ੁਰੂ ਤੋਂ ਹੀ ਸਾਡਾ ਸਿੱਧਾ ਜਟਕਾ ਸੌਦਾ ਰਿਹਾ ਸਾਡੀ ਫੈਮਿਲੀ ਦੇ ਵਿੱਚ ਔਰ ਉਹ ਅੱਜ ਵੀ ਹੈਗਾ ਔਰ ਉਹ ਕਿਤੇ ਨਾ ਕਿਤੇ ਤੁਹਾਡੀ ਪਰਸਨੈਲਿਟੀ ਦੇ ਵਿੱਚ ਵੀ ਉਹ ਚੀਜ਼ ਦਿਖ ਜਾਂਦੀ ਆ ਕਿ ਤੁਸੀਂ ਤੁਹਾਨੂੰ ਉਹ ਚੀਜ਼ ਨਹੀਂ ਤੁਸੀਂ ਉਹ ਬਚਪਨ ਚ ਦੇਖੀ ਆ ਔਰ ਉਹ ਤਾਂ ਮੈਨੂੰ ਦਿਖੀ ਹਾਂ ਤਾਂ ਉਹ ਸਿੱਧਾ ਸਪਾਰਟ ਜਾਂ ਕੰਮ ਸਾਡੇ ਅੰਦਰ ਆ ਗਿਆ ਤੇ ਉਹ ਇਸੇ ਕਰਕੇ ਚੱਲਦਾ ਆ ਰਿਹਾ ਇਹ ਸਾਡੀ ਲੈਗੇਸੀ ਹੈ ਜਿਹੜੇ ਤੁਹਾਡੇ ਟਾਈਮ ਕੰਮ ਕਰਦੇ ਸੀ ਕਿ ਆਰਟਿਸ ਗੀਤਾ ਜੈਲਦਰ ਹੋਗੇ ਮਿਸ ਪੂਜਾ ਜੀ ਹੋਗੇ ਉਹਨਾਂ ਨਾਲ ਕਨਵਰਸੇਸ਼ਨ ਕੁਝ ਹੁੰਦੀ ਆ ਗੱਲਬਾਤ ਹੁੰਦੀ ਆ ਕੁਝ ਹਾਂ ਹੁੰਦੀ ਆ ਹਾਂ ਮੈਂ ਤਾਂ ਦਾਸਰੀ ਆ ਨਾ ਕਿ ਮੇਰੇ ਤੇ ਸਬਨਾਂ ਲੱਗ ਹੁੰਦੀਆਂ ਬਸ ਹਾਂ ਕਰੀਬ ਬਦਲਾਵ ਦੀਆਂ ਗੱਲਾਂ ਹੁੰਦੀਆਂ ਨਹੀਂ ਨਹੀਂ ਐਨਾ ਟਾਈਮ ਹੀ ਨਹੀਂ ਕਿਸੇ ਕੋਲ ਕੌਣ ਐਨਾ ਟਾਈਮ ਦੇਊਗਾ ਯੂ نو ਇਹ ਦੀ ਭਜਨ ਅਠ ਵਾਲੀ ਸਾਡੀ ਇੰਡਸਟਰੀ ਹੈਗੀ ਆ ਯੂ نو ਹਰ ਮਹੀਨੇ ਚੇਂਜ ਆ ਜਾਂਦਾ ਹੈ ਯੈਸ ਟ੍ਰੈਂਡ ਚੇਂਜ ਹੋ ਜਾਂਦਾ ਹੈ ਕਿਸੇ ਕੋਲ ਆਪਣੇ ਤੋਂ ਇਲਾਵਾ ਟਾਈਮ ਹੀ ਨਹੀਂ ਹੈ ਕੁਝ ਡਿਸਕਸ ਕਰਨ ਦਾ ਕਿਸੇ ਕੋਲ ਟਾਈਮ ਹੀ ਨਹੀਂ ਹੈ ਮੈਂ ਕਿੰਨਾ ਕਿ ਮੈਂ ਕੀ ਬਦਲਾਵ ਕਰ ਦੂੰਗੀ ਮੈਂ ਕੱਲੇ ਕੀ ਬਦਲਾਵ ਕਰ ਦੂੰਗੀ ਹੁਣ ਪਿੱਛੇ ਜੀ ਨਾ ਸਾਡੀ ਕੁੜੀਆਂ ਕੁੜੀਆਂ ਦੀ ਗੱਲ ਚੱਲਦੀ ਸੀਗੀ ਕਿ ਆਪਾਂ ਜੀ ਆਪਾਂ ਐਸੋਸੀਏਸ਼ਨ ਬਣਾਉਨੇ ਆ ਕਿਉਂਕਿ ਮੁੰਡਿਆਂ ਦੀ ਹੈਗੀ ਆ ਕੁੜੀਆਂ ਦੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਜਿਵੇਂ ਕਿ ਹੁਣ ਬਹੁਤ ਸਾਰੇ ਕੇਸਿਸ ਇਦਾਂ ਦੇ ਆਏ ਕਿ ਕੁੜੀਆਂ ਜਿਹੜਾ ਡੁਇਟ ਕੁੜੀਆਂ ਗਾ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੌਲਟ ਕੀਤਾ ਜਾ ਰਿਹਾ ਯੂ نو ਅਬਿਊਜ਼ ਕੀਤਾ ਜਾਂਦਾ ਔਨ ਸੋਸ਼ਲ ਮੀਡੀਆ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗਲਤ ਨੇ ਉਹਨਾਂ ਨੂੰ ਗਲਤ ਬਾਉਂਡੇਸ਼ਨਸ ਦੇ ਵਿੱਚ ਰੱਖਿਆ ਜਾ ਰਿਹਾ ਤਾਂ ਉਹਦੇ ਰਿਗਾਰਡਿੰਗ ਗੱਲ ਹੋ ਰਹੀ ਸੀਗੀ ਕਿ ਯਾਰ ਕੁੜੀਆਂ ਲਈ ਤਾਂ ਕੁਝ ਹੋਣਾ ਚਾਹੀਦਾ ਨਾ ਵੀ ਕੋਈ ਰਾਈਟਸ ਕੁੜੀਆਂ ਕੋਲ ਵੀ ਹੋਣੇ ਚਾਹੀਦੇ ਆ ਕਿ ਕੱਲ ਨੂੰ ਮੁੰਡੇ ਸਾਰੇ ਇਕੱਠੇ ਹੋ ਜਾਂਦੇ ਕੁੜੀਆਂ ਹੁੰਦੀਆਂ ਨਹੀਂ ਗੀਆਂ ਤਾਂ ਉਹ ਸਾਡੀ ਫੋਨ ਫੋਨ ਤੇ ਹੀ ਰਹਿ ਗਿਆ ਸਭ ਕੁਝ ਮਤਲਬ ਕਿਸੇ ਕੋਲ ਲੈਣਾ ਟਾਈਮ ਵੀ ਨਹੀਂ ਹੈ ਕਿ ਓਕੇ ਆਪਦੇ ਘਰ ਚੋਂ ਨਿਕਲ ਕੇ ਤੇ ਇੱਕ ਸਾਈਨ ਕਰਨ ਲਈ ਵੀ ਬੰਦਾ ਆ ਜਾਏ ਸੋ ਉਹਦੇ ਵਾਸਤੇ ਟਾਈਮ ਚਾਹੀਦਾ ਜੋ ਕਿ ਕਿਸੇ ਕੋਲ ਵੀ ਨਹੀਂ ਹੈ ਹਰ ਇੱਕ ਬੰਦਾ ਆਪਦੇ ਕੰਪੀਟੀਸ਼ਨ ਤੇ ਆਪਦੇ ਨਾਲ ਹੀ ਕੰਪੀਪੀਟੀਸ਼ਨ 'ਚ ਉਰਜਾ ਹੋਇਆ ਕਿ ਮੈਂ ਅੱਜ ਕੀਤਾ ਤੇ ਮੈਂ 15 ਦਿਨਾਂ ਬਾਅਦ ਇੱਕ ਹੋਰ ਆਡੀਓ ਦੇਣਾ ਹੈ ਮਹੀਨੇ ਬਾਅਦ ਮੈਂ ਇੱਕ ਵੀਡੀਓ ਰਿਲੀਜ਼ ਕਰਨਾ ਹੈ ਤੇ ਮੇਰੇ ਕੋਲ ਇਹਨਾ ਟਾਈਮ ਹੀ ਨਹੀਂ ਹੈਗਾ ਕਿਉਂਕਿ ਇੱਕ ਵੀਡੀਓ ਪਲਾਨ ਕਰਨ ਦੇ ਵਿੱਚ 100 ਚੀਜ਼ਾਂ ਹੁੰਦੀਆਂ ਨੇ ਵੀਡੀਓ ਡਾਇਰੈਕਟਰ ਨਾਲ ਮੀਟਿੰਗਸ ਕਰੋ ਹੈਨਾ ਆ ਚੀਜ਼ਾਂ ਅਰੇਂਜ ਕਰੋ ਉਹ ਘਰ ਅਰੇਂਜ ਕਰੋ ਉੱਥੇ ਸ਼ੂਟ ਕਰਨ ਨਾਲ ਲੋਕੇਸ਼ਨਸ ਅਰੇਂਜ ਕਰੋ ਸੋ ਇਹਨਾ ਲੰਬਾ ਚੋੜਾ ਕੰਮ ਹੁੰਦਾ ਕਿ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਉਹ ਮੈਨੂੰ ਇੱਕ ਚੀਜ਼ ਨਾ ਥੋੜੀ ਜਿਹੀ ਸੇ ਕੁਐਸਚਨ ਤੋਂ ਮੈਨੂੰ ਇੱਕ ਚੀਜ਼ ਆਈਆ ਹੁਣੇ ਯਾਦ ਇੰਡਸਟਰੀ ਵਿੱਚ ਨਾ ਫੀਮੇਲਸ ਨੂੰ ਲੈ ਕੇ ਨਾ ਬੜਾ ਟਫ ਕੰਪੀਟੀਸ਼ਨ ਬਣਿਆ ਜਾਂਦਾ ਹੈ ਟਫ ਕੰਪੀਟੀਸ਼ਨ ਬਣਿਆ ਜਾਂਦਾ ਹੈ ਐਂਡ ਈਜ਼ੀਲੀ ਟੂ ਕੇ ਓਕੇ ਆ ਜਾਂਦਾ ਹੈ ਵੀ ਕਿਉਂਕਿ ਇਦਾਂ ਲੱਗਦਾ ਕਿ ਅ ਕਦੀ ਤੁਹਾਡੇ ਨਾਲ ਵੀ ਇਦਾਂ ਹੋਇਆ ਆ ਜਿਵੇਂ ਕਿਸੇ ਆਰਟਿਸਟ ਵੱਲੋਂ ਕੀ ਆ ਹੋਵੇ ਵੀ ਚਲੋ ਵੀ ਰੁਪਿੰਦਰ ਤੂੰ ਇਹਨੇ ਪੈਸੇ ਲੈ ਲਿਆ ਬੰਦੇ ਦਾ ਵੱਧ ਕੀ ਲੈਣੇ ਮਤਲਬ ਕਈ ਵਾਰ ਜਦੋਂ ਪ੍ਰੋਡਿਊਸਰਸ ਵੱਲੋਂ ਜਾਂ ਕਿਸੇ ਵੱਲੋਂ ਕਦੀ ਈਜ਼ੀਲੀ ਲਿਆ ਗਿਆ ਆ ਤੁਹਾਨੂੰ ਜਾਂ ਕਦੀ ਤੁਹਾਨੂੰ ਕਦੀ ਵੀ ਅਪਰੋਚ ਕੀਤਾ ਗਿਆ ਆ ਜਿਵੇਂ ਤੁਸੀਂ ਕਿਹਾ ਆ ਵੀ ਹਾਂ ਵੀ ਕੁੜੀਆਂ ਨੂੰ ਕਈ ਵਾਰ ਅਦਾ ਹੁੰਦਾ ਕਿ ਮਿਊਜ਼ਿਕ ਦੇ ਭਾਣੇ ਹਨਾ ਵੀ ਚਲੋ ਕਈ ਵਾਰ ਆਪਣੇ ਨਾਲ ਰਿਸ਼ਤਾ ਬਣਾਉਂਦੇ ਆ ਹਨਾ ਕਲੋਜ਼ ਆਉਂਦੇ ਆ ਕਦੀ ਕੁਝ ਇਸ ਚੀਜ਼ ਨੂੰ ਲੈ ਕੇ ਰੁਪਿੰਦਰ ਆ ਤੁਸੀਂ ਆਪਣੇ ਕਿਤੇ ਨੌਨ ਵਿੱਚ ਕਿਤੇ ਫੇਸ ਕੀਤੀਆਂ ਇਹ ਚੀਜ਼ਾਂ ਇੰਡਸਟਰੀ 'ਚ ਰਹਿ ਕੇ ਤੁਸੀਂ ਮੇਰਾ ਨਾਮ ਕਿਉਂ ਨਹੀਂ ਸੁਣਦੇ ਇੰਡਸਟਰੀ ਦੇ ਵਿੱਚ ਜ਼ਿਕਰ ਨਹੀਂ ਸੁਣਦੇ ਨਾ ਇੰਡਸਟਰੀ 'ਚ ਯੈਸ ਮੈਂ ਮੈਂ ਲਿੰਕੇਜੀ ਨਹੀਂ ਹੈਗੀ ਕਿਉਂਕਿ ਜਿਹੜੀ ਡੀਲਸ ਕਰਨੀਆਂ ਹੁੰਦੀਆਂ ਉਹ ਮੇਰਾ ਬ੍ਰਦਰ ਕਰ ਲੈਂਦਾ ਹਨਾ ਔਰ ਮੈਂ ਬੜੀ ਲੱਕੀ ਰਹੀ ਹਾਂ ਇਸ ਚੀਜ਼ ਦੇ ਵਿੱਚ ਕਿ ਕਦੇ ਵੀ ਮੈਨੂੰ ਇਦਾਂ ਦੀ ਚੀਜ਼ਾਂ ਫੇਸ ਨਹੀਂ ਕਰਨੀਆਂ ਤੁਸੀਂ ਸੁਣੀਆਂ ਵੈਸੇ ਕਿਸੇ ਰਹੀਆਂ ਰਹੀਆਂ ਗੱਲਾਂ ਹੋਰ ਕਿਉਂਕਿ ਹੋਰ ਕੋਈ ਨਹੀਂ ਆਪਣੇ ਬਾਰੇ ਦੱਸਦਾ ਹੁੰਦਾ ਇੱਥੇ ਇੰਡਸਟਰੀ ਦੇ ਵਿੱਚ ਨਾ ਬਹੁਤ ਸੀਕ੍ਰੀਟ ਰਹਿੰਦੇ ਨੇ ਹਰ ਇੱਕ ਬੰਦਾ ਆਪਦੀ ਗੱਲ ਤੁਹਾਡੀ ਪੁੱਛ ਲੂਗਾ ਪਰ ਆਪਦੀ ਨਹੀਂ ਦੱਸੂਗਾ ਇਹ ਇਹ ਆਮ ਜ਼ਿੰਦਗੀ ਦੇ ਵਿੱਚ ਵੀ ਐਵੇਂ ਹੁੰਦਾ ਇਟਸ ਨਾਟ ਓਨਲੀ ਅਬਾਊਟ ਇੰਡਸਟਰੀ ਹਨਾ ਹਰ ਪਾਸੇ ਇਦਾਂ ਦਾ ਮਾਹੌਲ ਹੈ ਰਹੀ ਗੱਲ ਇਹ ਆਪਣੀ ਆਪਣੀ ਡੀਲਿੰਗਸ ਹੁੰਦੀਆਂ ਨੇ ਵੀ ਤੁਸੀਂ ਕਿੰਨਾ ਕੁ ਕੰਪਰੋਮਾਈਜ਼ ਕਰ ਸਕਦੇ ਹੋ ਇਸ ਚੀਜ਼ ਦੇ ਵਿੱਚ ਕਿਉਂਕਿ ਜੀ ਮੈਨੂੰ ਕਹਿੰਨੇ ਹੋ ਵੀ ਤੁਸੀਂ ਇੰਨੇ ਨਹੀਂ ਇੰਨੇ ਪੈਸੇ ਲੈ ਲਓ ਬਸ ਘਰ ਦੋ ਹਨਾ ਘਾਟਾ ਚੱਲ ਰਿਹਾ ਹੈ ਚੱਲ ਰਿਹਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਉਸ ਡੀਲ ਨੂੰ ਐਕਸੈਪਟ ਕਰਨਾ ਹੈ ਕਿ ਨਹੀਂ ਕਰਨਾ ਇਹ ਬਿਜ਼ਨਸ ਹੈ ਪਿਓਰ ਬਿਜ਼ਨਸ ਹੈ ਤੁਹਾਨੂੰ ਪੋਗ ਰਿਹਾ ਤੁਹਾਨੂੰ ਖਾਂਦਾ ਉਹ ਸੂਟ ਕਰਦਾ ਤੇ ਤੁਸੀਂ ਕਰ ਲੋਗੇ ਤੇ ਜਿਹਨੂੰ ਨਹੀਂ ਕਰਦਾ ਇਹ ਮਿਚੁਅਲ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਮੁੰਡੇ ਕੁੜੀ ਦਾ ਕੋਈ ਡਿਫਰੈਂਸ ਹੈਗਾ bizness bizness ਹੈ ਹਰ ਇੱਕ ਬੰਦਾ ਹਰ ਪ੍ਰੋਡਿਊਸਰ ਚਾਹੂਗਾ ਕਿ ਮੇਰਾ ਪੈਸਾ ਇਧਰੋਂ ਬਚ ਜੇ ਉਹ ਆਪਦੇ ਪੂਰੀ ਵਾਹ ਲਾਊਗਾ ਕਿ ਮੇਰਾ ਅਗਰ ਮੇਰੇ 1 ਲੱਖ ਦਾ ਇਧਰੋਂ ਫਾਇਦਾ ਹੋ ਰਿਆ ਨਾ ਤਾਂ ਮੈਂ ਕਰ ਲਵਾਂ ਤੁਸੀਂ ਲੱਖ ਤੇ ਛੱਡੋ 10000 ਦਾ ਵੀ ਫਾਇਦਾ ਹੁੰਦਾ ਤਾਂ 10000 ਵੀ ਅਗਲਾ ਬਚਾਊਗਾ ਸੋ ਇਹ ਪਿਓਰ bizness ਹੈ ਇਹਦੇ ਵਿੱਚ ਕੁੜੀ ਮੁੰਡੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦੇ ਵਿੱਚ ਬਾਕੀ ਹਾਂ ਇਹਨਾਂ ਜ਼ਰੂਰ ਹੈ ਕੁੜੀਆਂ ਨੂੰ ਆਪਣੇ ਗਾਣੇ ਚ ਲਾਉਣ ਦੇ ਵਿੱਚ ਜ਼ਿਆਦਾ ਐਫਰਟ ਕਰਨੇ ਪੈਂਦੇ ਆ ਬਿਕਾਜ਼ ਕੁੜੀਆਂ ਦੀ ਮਾਰਕੀਟ ਨਹੀਂ ਹਿਊਜ ਨਹੀਂ ਹੈਗੀ ਐਗਜ਼ੈਕਟਲੀ ਥੈਟ ਇਜ਼ ਵਾਟ ਆਮ ਆਸਕਿੰਗ ਕੁੜੀਆਂ ਦੀ ਮਾਰਕੀਟ ਨਹੀਂ ਹਿਊਜ ਨਹੀਂ ਆ ਔਰ ਸਾਰੇ ਮੁੰਡੇ ਕੁੜੀਆਂ ਵਾਲੇ ਗਾਣੇ ਗਾ ਰਹੇ ਆ ਕੁੜੀਆਂ ਵਾਸਤੇ ਬਾਅਦ ਚ ਬਸ ਛਣਕਣਾ ਹੀ ਰਹਿ ਜਾਂਦਾ ਕੁੜੀਆਂ ਦੇ ਕਿ ਚਲੋ ਜੇ ਲਿਰਿਸਟਸ ਜਦੋਂ ਆਉਂਦੇ ਆ ਇਹਦੇ ਵੇ ਕਹਿੰਦੇ ਆ ਪੈਂਜੀ ਗਾਣਾ ਹੀ ਨਹੀਂ ਹੈਗਾ ਗਾੜੇ ਨਹੀਂ ਹੈਗੇ ਸਾਰੇ ਉਹ ਭਲਾਣੇ ਨਿਗਾ ਲਿਆ ਸੱਕੂ ਨਹੀਂ ਮੁੰਡੇ ਕੁੜੀਆਂ ਵਾਲੇ ਗਾਣੇ ਗਾ ਕੇ ਹਿੱਟ ਹੋ ਰਹੇ ਨੇ ਤੇ ਕੁੜੀਆਂ ਕੋਲ ਆਪਸ਼ਨ ਹੀ ਨਹੀਂ ਰਹਿ ਜਾਂਦੀ ਕੁੜੀਆਂ ਅੱਜ ਕੱਲ ਠਾਠਾ ਬੰਦੂਕਾਂ ਚੱਕ ਰੀਆਂ ਨੇ ਸੋ ਟੋਟਲ ਡਿਫਰੈਂਟ ਹੋ ਰਿਹਾ ਤਾਂ ਬਹੁਤ ਕੁਝ ਚੱਲ ਰਿਹਾ ਮਤਲਬ ਜਿੰਨੂੰ ਜੋ ਚੰਗਾ ਲੱਗਦਾ ਉਹ ਬੰਦਾ ਕੰਮ ਕਰ ਰਿਹਾ ਔਰ ਮੈਂ ਇਸ ਚੀਜ਼ ਦੇ ਵਿੱਚ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਜਿੰਨੂੰ ਜੋ ਅੱਛਾ ਲੱਗਦਾ ਕਰੇ ਠੀਕ ਹੈ ਹੁਣ ਫਿਊਚਰ ਚ ਕੀ ਹੈਗਾ ਰੁਪਿੰਦਰ ਹੰਡਾ ਜੀ ਸਾਨੂੰ ਦੱਸੋ ਕੁਝ ਬਹੁਤ ਸਾਰੇ ਗਾਣੇ ਆ ਈਪੀ ਹੈ ਤੇ ਈਪੀ ਇੱਕ ਨਹੀਂ ਬਹੁਤ ਸਾਰੇ ਬਹੁਤ سارے ਗਾਣੇ ਰੈਡੀ ਪਏ ਆ ਬਸ ਹੁਣੇ ਇਹ ਐ ਵੀ ਉਹਨੂੰ ਇੱਕ ਵਾਰੀ ਪੁਸ਼ ਕਰਨ ਦੀ ਮੈਨੂੰ ਮੈਨੂੰ ਨਾ ਆਪਣੇ ਮੈਂ ਥੋੜੀ ਲੇਜੀ ਆ ਤੇ ਮੈਨੂੰ ਬਹੁਤ ਟਾਈਮ ਲੱਗਦਾ ਆਪਣੇ ਆਪ ਨੂੰ ਪੁਸ਼ ਕਰਨ ਦੇ ਵਿੱਚ ਨਹੀਂ ਇਹਨੂੰ ਇਹ ਪੰਦਾ ਕਰਨਾ ਹੈ ਕਰਨਾ ਹੈ ਯੂ ਕੈਨ ਡੂ ਇਟ ਡੂ ਇਟ ਕਰ 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 ਮਤਲਬ ਬਸ ਉਹਨੂੰ ਹੀ ਪ੍ਰੈਕਟੀਕਲੀ ਕਰਨ ਦੇ ਵਿੱਚ ਮੈਨੂੰ ਟਾਈਮ ਲੱਗ ਰਿਹਾ ਅਦਰਵਾਇਜ਼ ਗਾਣੇ ਬਹੁਤ ਸੋਹਣੇ ਸੋਹਣੇ ਤਿਆਰ ਹੈਗੇ ਆ ਬਹੁਤ ਜਲਦੀ ਮੇਬੀ ਇਨ ਜੁਲਾਈ ਸੁਨਾਉਂਗੀ ਪਹਿਲਾ ਗਾਣਾ ਰਿਲੀਜ਼ ਹੋ ਜਾਊਗਾ ਸੋ ਥੈਂਕ ਯੂ ਸੋ ਮੱਚ ਇੱਕ ਰੈਂਡਮ ਕਨਵਰਸੇਸ਼ਨ ਸੀਗੀ ਐਂਡ ਮੈਨੂੰ ਇਹ ਸੀਗਾ ਮੈਂ ਕਹਾ ਚਲੋ ਮਿਲिए ਤੁਹਾਡੀ ਗੱਲਾਂ ਨਾਲ ਜਦ ਮੈਂ ਤੁਹਾਨੂੰ ਆਬਜ਼ਰਵ ਕੀਤਾ ਅੱਛਾ ਮੈਨੂੰ ਤੁਹਾਡੀ ਆਬਜ਼ਰਵੇਸ਼ਨ ਬਹੁਤ ਅੱਛੀ ਲੱਗੀ ਮੈਨੂੰ ਇਹ ਤੁਸੀਂ ਇਨਸਾਨ ਬੜੇ ਅੱਛੇ ਲਗੇ ਮੈਨੂੰ ਲੱਗਦਾ ਕਿ ਕਈ ਵਾਰ ਰਿਐਲਿਟੀ ਨੇ ਲੋਕ ਬੋਲ ਕੇ ਦੱਸਦੇ ਆ ਬਟ ਅਸਲ ਜੀ ਰਿਐਲਿਟੀ ਤੁਸੀਂ ਆਬਜ਼ਰਵ ਕਰਦੇ ਹੋ ਉਹ ਹੁੰਦੀ ਆ ਰਿਐਲਿਟੀ ਤਾਂ ਇਹ ਜਿਹੜੀ ਰਿਐਲਿਟੀ ਆ ਮੈਨੂੰ ਬੜੀ ਅੱਛੀ ਲੱਗੀ ਮੈਨੂੰ ਆਇਆ ਲੱਗਿਆ ਕਿ ਆਈ ਵਿਸ਼ ਕਿ ਇਨਸਾਨ ਐਦਾਂ ਦਾ ਹੋਵੇ ਜ਼ਰੂਰ ਬਟ ਇਹਦੇ ਨਾਲ ਨਾਲ ਉਹਨੂੰ ਸਕਸੈਸ ਮਿਲਦੀ ਰਹੇ ਟੱਚਪੁਟ ਯੂ نو ਵਟ ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਆਨ ਕਰੂੰਗੀ ਕਿ ਇਹ ਜਿਹੜੀ ਸਿਚੁਏਸ਼ਨ ਹੈ ਨਾ ਇਹ ਉਦੋਂ ਆਉਂਦੀ ਹੈ ਮਤਲਬ ਇੱਕ ਇਹ ਇਸ ਫੇਸ ਦੇ ਵਿੱਚ ਬੰਦਾ ਉਦੋਂ ਜਾਂਦਾ ਜਦੋਂ ਸਾਰਾ ਕੁਝ ਵੇਖ ਲੈਂਦਾ ਉਹ ਯੈਸ ਐਗਜ਼ੈਕਟਲੀ ਜਦੋਂ ਸਭ ਕੁਝ ਦੇਖ ਲੈਂਦਾ ਹੈ ਨਾ ਨੇੜਿਓਂ ਦੇਖ ਲੈਂਦਾ ਹੈ ਉਦੋਂ ਬੰਦਾ ਇਸ ਫੇਸ ਦੇ ਵਿੱਚ ਆਉਂਦਾ ਹੈ ਜਿਹੜਾ ਕਹਿੰਦੇ ਨੇ ਨਾ ਖਾਲੀ ਭਾਂਡਾ ਜ਼ਿਆਦਾ ਖੜਕਦਾ ਹੈ ਤੇ ਹੋਰ ਜਿਆਦਾ ਹੀ ਫੜਕਦਾ ਵੀ ਆ ਹਨਾ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਲੋਕ ਬਹੁਤ ਸ਼ਾਂਤ ਕਾਮ ਹੋ ਜਾਂਦੇ ਨੇ ਉਹਨਾਂ ਨੇ ਜ਼ਿੰਦਗੀ ਚ ਵਾਕੇ ਹੀ ਦੇਖਿਆ ਹੁੰਦਾ ਮਹਿਸੂਸ ਕੀਤਾ ਹੁੰਦਾ ਇਟ ਵਾਸ ਅ ਲੌਂਗ ਜਰਨੀ ਐਂਡ ਮੈਨੀ ਮੋਰ ਟੂ ਗੋ ਹਲੇ ਸ਼ੁਰੂ ਹੈ ਇਟਸ ਅ ਬਿਗਨਿੰਗ ਆਈ ਵਿਸ਼ ਕਿ ਸਭ ਕੁਝ ਰਵਿੰਦਰ 바이 ਗੁਰੂ ਸਹੀਕਰਨ ਐਂਡ ਤੁਸੀਂ ਠੀਕ ਰਹੋ ਤੁਹਾਡੀ ਹੈਲਥ ਠੀਕ ਰਹੇ हां बस ये दुआ करया करो बाकी सब ठीक हां मैं बताऊंगी लेकिन मेंशन दी हां नहीं नहीं ये बहुत जरूरी है क्योंकि हर दूसरे तीसरे दिन ना मैं तो बीमार पड़ पैर पड़नी होनी है ਤੇ ਮੇਰੀ ਮੰਮੀ ਕਹਿੰਦੇ ਨੇ ਤੁਹਾਨੂੰ ਨਜ਼ਰ ਬਹੁਤ ਜ਼ਿਆਦਾ ਚੜੀ ਜਿਹੀ ਲੱਗਦੀ ਹੈ ਨਹੀਂ ਬਟ ਮੈਨੂੰ ਐਂ ਲੱਗਦਾ ਕਿ ਸੁੱਖ ਦੋ ਗੰਦੀ ਜਾਣੀ ਚੀਜ਼ ਐ ਇਹ ਇਹ ਉਹਨੇ ਘਾਣੀ ਚਾਹੀਦੇ ਜਿੰਨਾ ਕ ਬੰਦਾ ਸਹਿ ਸਕੇ ਇਹ ਵੀ ਜ਼ਰੂਰੀ ਐ हां ਇਹ ਵੀ ਜ਼ਰੂਰੀ ਐ ਤੁਹਾਨੂੰ ਬੋਕੋਸ ਸੇ ਖਾ ਕੇ ਜਾਂਦੀ ਐ ਚੀਜ਼ਾਂ ਐਂਡ ਬਹੁਤ ਬਹੁਤ ਤੁਹਾਨੂੰ ਪਿਆਰ ਤੇ ਸਤਿਕਾਰ ਸਾਡੀ ਆਡੀਅנס ਵੱਲੋਂ ਐਂਡ ਸਾਡੇ ਵੱਲੋਂ थैंक यू ਐਂਡ ਤੁਸੀਂ ਹੱਸਦੇ ਰਹੋ ਤੁਹਾਡੀ ਫੈਮਿਲੀ ਸਹੀ ਰਹੇ ਅ ਬਾਕੀ ਛਾਂਦੇ ਰਹੋ ਤੇ ਹੁਣ ਇੰਟਰਵਿਊ ਖਤਮ ਹੋ ਚੁਕਿਆ ਹੈ ਤੇ ਹੁਣ ਅਸੀਂ ਵਾਣ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਤੁਸੀਂ ਗੋਸ਼ ਦੀ ਗੱਲ ਗੱਲ ਸੁਣ ਸਕਦੇ ਹੋ ਦੁਆਰਾ ਕਾਲ ਕਰ ਸਕਦੇ ਹੋ ਹਾਂ ਤੇ ਹੁਣ ਸਾਨੂੰ ਆਪਣਾ ਗਾਣਾ ਸੁਣ ਲੈਣ ਦਾ ਧੰਨਵਾਦ ਥੈਂਕ ਯੂ ਜੀ ਬਾਏ ਬਾਏ ਬਾਏ